प्रोग्राम गीत बहार दे विच साडे नाल जुड़ चुके ने। सो प्रोग्राम गीत बहार दे विच मैडम मन्नत सिंह जी का स्वागत करते हैं जी। मैडम सत श्री अकाल जी। सत श्री अकाल जी। जी मैडम की हाल चाल है जी? बहुत वधिया जी, बहुत वधिया जी। सत श्री अकाल जी मैडम जी, की हाल चाल? सत श्री अकाल मनीषा, बहुत ही वधिया। पंजाब टुडे दे सारे स्रोतियां नूं बहुत बहुत प्यार भरी सत श्री अकाल जी। सत श्री अकाल मैडम। सो मैडम की हाल चाल ने ते किवें दा चल रहे जी सारा दिन अजकल? दिन बहुत वधिया निकलदे पए आ जी। चलो बहुत अच्छा चल रहा सारा कुछ। लॉकडाउन लगे हुए सीगे जी, घर विच रहण दी आदत पै गई आ। ਤੁਸੀਂ ਲੋਕਡਾਊਨ ਦੀ ਗੱਲ ਕਰ ਹੀ ਦਿੱਤੀ ਹੈ, ਖਾਸ ਕਰਕੇ ਘਰਾਂ ਦੇ ਵਿੱਚ ਰਹਿਣ ਦੀ ਵੀ ਗੱਲ ਕਰ ਹੀ ਦਿੱਤੀ ਹੈਗੀ, ਅਤੇ ਇਸ ਦੌਰਾਨ ਇੰਸਟਾਗ੍ਰਾਮ ਅਤੇ ਬਾਕੀ ਜਿਹੜਾ ਸੋਸ਼ਲ ਮੀਡੀਆ ਉਸ ਨੂੰ ਵਰਤਣ ਦੀ ਵੀ ਆਦਤ ਪੈ ਗਈ ਹੈ ਅਤੇ ਵੀਡੀਓਜ਼ ਅਪਲੋਡ ਕਰਨ ਦੀ ਵੀ ਆਦਤ ਪੈ ਗਈ ਹੈ। ਸੋ ਉਸ ਬਾਰੇ ਵੀ ਮੈਂ ਕਹਿੰਦਾ ਆਪਾਂ ਗੱਲਬਾਤ ਆਪਣੀ ਉੱਥੇ ਹੀ ਸ਼ੁਰੂ ਕਰ ਲਈਏ। ਹਾਂਜੀ, ਫਿਰ ਸਾਡੇ ਵਰਗੇ ਆਰਟਿਸਟਾਂ ਨੂੰ ਕੀੜਾ ਹੁੰਦਾ ਨਾ ਐਕਟਿੰਗ ਦਾ, ਅਤੇ ਫਿਰ ਵਿਹਲਾ ਬੈਠਾ ਵਿਚਾਰਾ ਕੀ ਕਰੂਗਾ, ਵਿਹਲਾ ਬੈਠਾ ਚਲੋ ਕੁਛ ਨਾ ਕੁਛ ਤਾਂ ਕਰਦੇ ਰਹੀਏ। ਬਿਲਕੁਲ, ਅਤੇ ਉਹ ਵਧੀਆ ਵਧੀਆ ਪਲੇਟਫਾਰਮ ਮਿਲ ਗਿਆ ਜਿਹੜੇ ਬੰਦੇ ਐਕਟਰ ਵੀ ਬਣਨਾ ਚਾਹੁੰਦੇ ਉਹਨਾਂ ਲਈ ਬਹੁਤ ਵਧੀਆ ਪਲੇਟਫਾਰਮ ਹੈ। ਪਹਿਲਾਂ ਕਹਿੰਦੇ ਹੁੰਦੇ ਸੀ ਕਿਹਨੂੰ ਮਿਲੀਏ ਮੈਡਮ, ਕਈ ਵਾਰੀ ਮੈਨੂੰ ਫੋਨ ਆ ਜਾਂਦੇ ਸੀ ਮੈਡਮ ਅਸੀਂ ਐਕਟਰ ਬਣਨਾ ਚਾਹੁੰਦੇ ਹਾਂ ਅਸੀਂ ਕੀ ਕਰੀਏ, ਅਤੇ ਹੁਣ ਤਾਂ ਬਹੁਤ ਵਧੀਆ ਪਲੇਟਫਾਰਮ ਮਿਲ ਗਿਆ ਸਾਰਿਆਂ ਨੂੰ। ਜਿੰਨੇ ਨਿਊ ਕਮਰਸ ਆ ਉਹ ਕਿੰਨਾ ਵਧੀਆ ਕੰਮ ਕਰ ਰਹੇ ਆ, ਤੁਸੀਂ ਕਈ ਵਾਰੀ ਵੀਡੀਓਜ਼ ਦੇਖੋ ਬੜੇ ਕ੍ਰੀਏਟਿਵ ਬੱਚੇ ਆ ਗਏ ਅੱਗੋਂ। ਜੀ ਬਿਲਕੁਲ ਜੀ ਬਿਲਕੁਲ। ਸੋ ਮਨਤ ਜੀ, ਮੈਂ ਤੁਹਾਡੀਆਂ ਜਿਹੜੀਆਂ ਇੰਸਟਾਗ੍ਰਾਮ ਰੀਲਸ ਵੀ ਬਹੁਤ ਦੇਖੀਆਂ ਹੈਗੀਆਂ ਅਤੇ ਮੈਨੂੰ ਬਹੁਤ ਪਸੰਦ ਵੀ ਆਈਆਂ ਹੈਗੀਆਂ। ਘਰੇ ਬੈਠ ਕੇ ਰਸੋਈ ਚ ਕਹਿੰਦੇ ਦੋ ਭਾਂਡੇ ਵੀ ਖੜਕਦੇ ਸੀ ਲੋਕਡਾਊਨ ਚ, ਹਸਬੈਂਡ ਵਾਈਫ ਘਰ ਚ ਹੋਣ ਤੇ ਉਹਨਾਂ ਦੀ ਲੜਾਈ ਨਾ ਹੋਵੇ। ਜੀ ਬਿਲਕੁਲ, ਬਹੁਤ ਹੀ ਵਧੀਆ ਗੱਲਾਂ ਨੇ ਇਹ ਤਾਂ ਤੁਹਾਡੀਆਂ ਫਿਰ, ਕਿਉਂਕਿ ਅਸੀਂ ਸੱਚੀ ਬਹੁਤ ਪਸੰਦ ਕਰਦੇ ਹਾਂ। ਸੋ ਇਹ ਤਾਂ ਗੱਲ ਹੋਈ ਮੌਜੂਦਾ ਸਮੇਂ ਦੀ, ਆਪਾਂ ਹੁਣ ਥੋੜਾ ਜਿਹਾ ਤੁਹਾਡੇ ਬੈਕਗਰਾਉਂਡ ਵੱਲ ਵੀ ਜਾਣਾ ਚਾਹਾਂਗੇ, ਖਾਸ ਕਰਕੇ ਤੁਹਾਡਾ ਪਿਛੋਕੜ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਹੈ। ਸੋ ਇੰਡਸਟਰੀ ਦੀ ਆਪਾਂ ਗੱਲ ਕਰੀਏ ਤੇ ਕਲਾ ਦੇ ਖੇਤਰ ਦੇ ਵਿੱਚ ਕਿਵੇਂ ਤੁਹਾਡਾ ਪੈਰ ਜਿਹੜਾ ਰੱਖਿਆ ਤੁਸੀਂ? ਇਹ ਕਹਿੰਦੇ ਹੁੰਦੇ ਨਾ ਕਿ ਪਰਮਾਤਮਾ ਨੇ ਲਿਖਿਆ ਹੁੰਦਾ ਤੁਸੀਂ ਕੀ ਕਰਨਾ, ਤੁਸੀਂ ਆਪਣੇ ਹੱਥ ਪੈਰ ਮਾਰ ਦਿੰਦੇ ਹੋ, ਕੁਛ ਕਰਨਾ ਕੁਛ ਹੋਰ ਹੁੰਦਾ, ਹੋ ਕੁਛ ਹੋਰ ਜਾਂਦਾ। ਮੈਂ ਕਦੀ ਸੋਚਿਆ ਨਹੀਂ ਸੀ ਮੈਂ ਇਸ ਫੀਲਡ 'ਚ ਆਉਣਾ, ਮੈਂ ਤੇ ਸੋਚਿਆ ਸੀ ਮੇਰੇ ਫਾਦਰ ਸਾਹਿਬ ਚਾਹੁੰਦੇ ਸੀ ਕਿ ਕੁੜੀ ਪੜ੍ਹ ਲਿਖ ਕੇ ਪ੍ਰੋਫੈਸਰ ਲੱਗ ਜੇ ਤੇ ਵਧੀਆ ਜੇ ਕਿਸੇ ਪ੍ਰੋਫੈਸਰ ਨਾਲ ਵਿਆਹ ਕਰ ਦਈਏ ਤੇ ਠੀਕ ਆ, ਵਧੀਆ ਲਾਈਫ ਆ। ਪਰ ਮੈਂ ਜਦੋਂ ਕਾਲਜ ਗਈ ਸਕੂਲ, ਮੈਨੂੰ ਐਕਟਿੰਗ ਦਾ ਕਦੀ ਏਦਾਂ ਕੋਈ ਲੱਗਾ ਨਹੀਂ ਕਿ ਮੈਂ ਐਕਟਿੰਗ ਕਰਨੀ ਆ ਕਦੀ, ਕਿਉਂਕਿ ਕਦੀ ਕਿਸੇ ਨੇ ਕੀਤੀ ਨਹੀਂ, ਸਾਡੀ ਫੈਮਿਲੀ 'ਚ ਵੀ ਸਾਡੇ ਖਾਨਦਾਨ 'ਚ ਕਿਸੇ ਨੇ ਨਹੀਂ ਸੀ ਕੀਤੀ। ਹਾਂ, ਮੈਨੂੰ ਮੂਵੀਜ਼ ਦੇਖਣ ਦਾ ਸ਼ੌਕ ਸੀਗੀ ਤੇ ਸ਼੍ਰੀਦੇਵੀ ਮੇਰੀ ਬੜੀ ਫੇਵਰੇਟ ਸੀਗੀ, ਮਤਲਬ ਮੈਨੂੰ ਲੱਗਦਾ ਸੀ ਕਿ ਅੱਜ ਵੀ ਲੱਗਦਾ ਕਿ ਜੇ ਦੁਨੀਆਂ 'ਚ ਜੇ ਕੋਈ ਫੇਵਰੇਟ ਮੇਰੀ ਐਕਟਰੈਸ ਆ ਹੈ ਚਾਹੇ ਇਸ ਦੁਨੀਆਂ 'ਚ ਚਾਹੇ ਨਹੀਂ, ਉਹ ਸ਼੍ਰੀਦੇਵੀ ਆ। ਤੇ ਮੈਂ ਉਹਨੂੰ ਹਮੇਸ਼ਾ ਸੋਚਦੀ ਹੁੰਦੀ ਸੀ ਉਹ ਕਿੱਦਾਂ ਡਾਇਲੋਗ ਬੋਲਦੀ ਆ, ਕਿੱਦਾਂ ਆਈਜ਼ ਨੂੰ ਯੂਜ਼ ਕਰਦੀ ਆ, ਮੈਂ ਉਹਨੂੰ ਦੇਖ ਦੇਖ ਕੇ ਮਤਲਬ ਆਪਣੇ ਆਪ 'ਚ ਇੱਕ ਜਿੱਦਾਂ ਬਾਥਰੂਮ 'ਚ ਸ਼ੀਸ਼ੇ 'ਚ ਦੇਖ ਲਿਆ ਕਿ ਮੈਂ ਇੱਦਾਂ ਬੋਲ ਸਕਦੀ ਹਾਂ ਕਰ ਸਕਦੀ ਹਾਂ, ਪਰ ਸੋਚਿਆ ਨਹੀਂ ਸੀ ਕਦੀ ਐਕਟਰ ਬਣਨਾ। ਫਿਰ ਜਦੋਂ ਮੈਂ ਕਾਲਜ ਗਈ ਉੱਥੇ ਯੂਥ ਫੈਸਟੀਵਲ ਹੁੰਦੇ ਸੀ, ਉੱਥੇ ਮੈਂ ਮਤਲਬ ਸਾਡਾ ਪਲੇ ਕੋਈ ਸੀਗਾ ਤੇ ਉਹਦੇ ਵਿੱਚ ਜਿਹੜੀ ਮੇਨ ਲੀਡ ਦੀ ਕੁੜੀ ਸੀ ਉਹਨੂੰ ਕੋਈ ਕੰਮ ਆ ਗਿਆ ਤੇ ਉਹ ਵਿਚਾਰੀ ਚਲੇ ਗਈ, ਉਹ ਨੈਕਸਟ ਦੋ ਤਿੰਨ ਦਿਨਾਂ ਬਾਅਦ ਸਾਡਾ ਪਲੇ ਸੀ ਤੇ ਮੈਂ ਜਾਂਦੀ ਪਈ ਸੀ, ਡਾਇਰੈਕਟਰ ਸਾਹਿਬ ਨੇ ਮੈਨੂੰ ਦੇਖਿਆ ਕਹਿੰਦੇ ਤੂੰ ਪਲੇ ਕਰੇਂਗੀ, ਮੈਂ ਕਿਹਾ ਮੈਂ ਕਦੀ ਐਕਟਿੰਗ ਕੀਤੀ ਨਹੀਂ, ਕਹਿੰਦੇ ਕੋਈ ਗੱਲ ਨਹੀਂ ਤੂੰ ਮੈਂ ਸਿਖਾ ਦੂੰਗਾ। ਤੇ ਉਹ ਫਸਟ ਟਾਈਮ ਉਦੋਂ ਮੈਂ ਯੂਥ ਫੈਸਟੀਵਲ ਦੇ ਵਿੱਚ ਉਹ ਕੀਤਾ ਤੇ ਉਹ ਚ ਮੈਂ ਬੈਸਟ ਐਕਟਰਸ ਆ ਗਈ। ਵਾਹ ਜੀ ਵਾਹ ਜੀ ਵਾਹ ਰੱਬ ਵੱਲੋਂ। ਤੇ ਬਸ ਫਿਰ ਉਸ ਤੋਂ ਬਾਅਦ ਮੈਨੂੰ ਥੀਏਟਰ ਦਾ ਸ਼ੌਕ ਪੈ ਗਿਆ, ਮੈਨੂੰ ਮਜ਼ਾ ਆਉਣ ਲੱਗ ਪਿਆ, ਕਿਉਂਕਿ ਸਟੇਜ ਦੇ ਉੱਪਰ ਜੋ ਤੁਸੀਂ ਹੁੰਦੇ ਹੋ ਨਾ ਤੁਸੀਂ ਰਾਜੇ ਹੁੰਦੇ ਹੋ ਉਸ ਟਾਈਮ ਤੇ, ਤੁਸੀਂ ਇਕੱਲੇ ਖੜੇ ਹੁੰਦੇ ਤੇ ਇੰਨੇ ਲੋਕ ਤੁਹਾਨੂੰ ਦੇਖ ਰਹੇ ਹੁੰਦੇ ਆ, ਤੇ ਫਿਰ ਮੈਨੂੰ ਉਸ ਚੀਜ਼ ਦਾ ਸ਼ੌਕ ਪੈ ਗਿਆ, ਫਿਰ ਮੈਂ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮੈਂ ਯੂਥ ਫੈਸਟੀਵਲ ਥੀਏਟਰ ਪ੍ਰੋਫੈਸ਼ਨਲ ਥੀਏਟਰ ਬਹੁਤ ਕੀਤਾ ਅੰਮ੍ਰਿਤਸਰ 'ਚ, ਤੇ ਖਾਲਸਾ ਕਾਲਜ ਅੰਮ੍ਰਿਤਸਰ 'ਚ ਮੈਂ ਪੜ੍ਹੀ ਹਾਂ, ਉੱਥੇ ਬਹੁਤ ਥੀਏਟਰ ਕੀਤਾ ਤੇ ਅੰਮ੍ਰਿਤਸਰ ਦੇ ਵਿੱਚ ਪੰਜਾਬ ਨਾਟਸ਼ਾਲਾ ਤੇ ਬਹੁਤ ਸਾਰੇ ਮਤਲਬ ਪੂਰੇ ਪੰਜਾਬ ਦੇ ਵਿੱਚ ਬਹੁਤ ਕੀਤਾ ਜੀ। ਸੋ ਮਨਤ ਜੀ, ਤੁਸੀਂ ਥੀਏਟਰ ਦੀ ਗੱਲ ਤਾਂ ਚਲੋ ਕਰ ਹੀ ਦਿੱਤੀ ਹੈਗੀ ਹੈ, ਤੇ ਮੈਂ ਸੁਣਿਆ ਹੈਗਾ ਕਿ ਤੁਸੀਂ ਜਿਹੜਾ ਹੈਗਾ ਜਦੋਂ ਥੀਏਟਰ ਕਰ ਰਹੇ ਸੀਗੇ ਤਾਂ ਗੁਰਪ੍ਰੀਤ ਘੁੱਗੀ ਜੀ ਉੱਥੇ ਆਏ ਹੋਏ ਸੀਗੇ, ਇੱਕ ਟਾਈਮ ਐਜਾ ਸੀਗਾ ਕਿ ਉਹਨਾਂ ਨੇ ਤੁਹਾਨੂੰ ਜਿਹੜਾ ਹੈਗਾ ਫਿਰ ਬਤੌਰ ਦੇਬੀ ਮਖਸੂਸਪੁਰੀ ਜੀ ਨਾਲ ਵੀ ਇੱਕ ਗੀਤ 'ਚ ਕੰਮ ਕਰਨ ਦਾ ਮੌਕਾ ਦਿੱਤਾ ਸੀ, ਜਿਸ ਵਿੱਚ ਬਤੌਰ ਸੀ
ਕਿਉਂਕਿ ਘੁੱਗੀ ਜਿਹੜੇ ਘੁੱਗੀ ਜੀ ਹੈਗੇ ਉਹ ਸਾਡੇ ਸੀਨੀਅਰ ਸੀਗੇ, ਉਹ ਉਸ ਟਾਈਮ ਦੇ ਉੱਪਰ ਮਤਲਬ ਜਿਹੜੇ ਜਲੰਧਰ ਤੋਂ ਆਉਂਦੇ ਹੁੰਦੇ ਸੀ ਯੂਥ ਫੈਸਟੀਵਲਸ ਦੇ ਜਦੋਂ ਹੁੰਦੇ ਸੀ ਨਾ ਗੁਰੂ ਨਾਨਕ ਜੀ ਦੇਵ ਯੂਨੀਵਰਸਿਟੀ 'ਚ, ਤੇ ਉਦੋਂ ਮੈਂ ਇੱਕ ਸਕਿੱਟ ਕੀਤੀ ਸੀ, ਉਹ ਉਹਨਾਂ ਨੂੰ ਪਸੰਦ ਆਈ, ਉਹਨਾਂ ਨੂੰ ਵਧੀਆ ਲੱਗਾ, ਤੇ ਉਹਨਾਂ ਨੇ ਫਿਰ ਮੈਨੂੰ ਗਾਣੇ ਦੇ ਵਿੱਚ ਲਿਆ, ਮਾਂ ਮੈਂ ਸਹੁਰੇ ਜਾ ਆਈ ਹਾਂ, ਇਹ ਜੀ ਉਹਨਾਂ ਜੀ ਉਹਨਾਂ ਨੇ ਡਾਇਰੈਕਟ ਵੀ ਕੀਤਾ ਸੀ, ਉਹਨਾਂ ਨੇ ਵਿੱਚ ਨਾਲ ਐਕਟ ਵੀ ਕੀਤਾ ਸੀ, ਮੈਂ ਤੇ ਬੜੀ ਖੁਸ਼ ਸੀ, ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਮੈਂ ਗੁਰਪ੍ਰੀਤ ਘੁੱਗੀ ਜੀ ਦਾ ਕੰਮ ਕਰ ਰਹੀ ਹਾਂ, ਕਿਉਂਕਿ ਤੁਸੀਂ ਜੇ ਤੁਸੀਂ ਸੋਚਿਆ ਹੀ ਨਹੀਂ ਹੁੰਦਾ ਮੈਂ ਕੁਛ ਕਰਨਾ, ਤੇ ਤੁਸੀਂ ਇੰਨੇ ਵੱਡੇ ਕਲਾਕਾਰ ਨਾਲ ਜਦੋਂ ਕੰਮ ਕਰਦੇ ਹੋ, ਉੱਪਰੋਂ ਦੇਬੀ ਮਖਸੂਸ ਪੁਰੀ ਜੀ ਦਾ ਇੰਨਾ ਸੋਹਣਾ ਗਾਣਾ ਸੀ, ਤੇ ਜੀ ਉੱਪਰੋਂ ਬਿਲਕੁਲ ਪੂਰੀ ਜੀ ਪੂਰੀ ਕਾਮੇਡੀ ਸੀਗੀ ਉਸ ਜੀ ਗਾਣੇ ਦੇ ਵਿੱਚ, ਹਾਂ ਜੀ ਤੇ ਜੀ ਬਹੁਤ ਵਧੀਆ ਮਜ਼ਾ ਆਇਆ ਜੀ 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 ਬਿਲਕੁਲ ਜੀ। ਸੋ ਫਿਰ ਗੀਤਾਂ ਦਾ ਸਿਲਸਿਲਾ ਵੀ ਕਾਫੀ ਲੰਬਾ ਚੱਲਿਆ ਮੇਰਾ ਖਿਆਲ, ਤੁਸੀਂ ਇੱਕ ਲੰਬੀ ਗਿਣਤੀ ਬਣ ਜਾਂਦੀ ਹੈ, ਦਰਜਣਾ ਗੀਤ ਸੀਗੇ ਜਿਨ੍ਹਾਂ ਦੇ ਵਿੱਚ ਤੁਸੀਂ ਬਤੌਰ ਮਾਡਲ ਜਿਹੜਾ ਕੰਮ ਕੀਤਾ ਸੀਗਾ, ਅਤੇ ਕਾਫੀ ਜਿਹੜੀਆਂ ਚੀਜ਼ਾਂ ਨੇ ਹੋਰ ਵੀ ਇਸ ਦੇ ਵਿੱਚ ਜਿਹੜਾ ਥੋੜਾ ਥੋੜਾ ਐਕਟ ਵੀ ਆ ਜਾਂਦਾ ਸੀਗਾ, ਸੋ ਡਾਂਸ ਹਾਂਜੀ ਵੀ ਉਸ ਆ ਟਾਈਮ ਜਾਂਦਾ ਦੇ ਉੱਪਰ ਸੀਗਾ ਵੀਸੀਡੀਜ਼ ਬਹੁਤ ਚੱਲਦੀਆਂ ਹੁੰਦੀਆਂ ਸੀ ਨਾ, ਜੀ ਕਾਮੇਡੀ ਵੀਸੀਡੀਜ਼ ਬਹੁਤ ਜ਼ਿਆਦਾ ਚੱਲਦੀਆਂ ਸੀ, ਜਸਵਿੰਦਰ ਭੱਲਾ ਜੀ ਦਾ ਛਣਕਾਟਾ ਸੀਗਾ, ਗੁਰਪ੍ਰੀਤ ਘੁੱਗੀ ਜੀ ਦੀਆਂ ਵੀ ਬਹੁਤ ਸਾਰੀਆਂ ਚੱਲਦੀਆਂ ਹੁੰਦੀਆਂ ਸੀ, ਤੇ ਫਿਰ ਜਦੋਂ ਤੁਸੀਂ ਇੱਕ ਵਾਰੀ ਇਸ ਫੀਲਡ 'ਚ ਆ ਗਏ ਫਿਰ ਮਤਲਬ ਕੰਮ ਕਰਦੇ ਹੋ ਤੇ ਫਿਰ ਚੱਲਦਾ ਰਹਿੰਦਾ ਸਿਲਸਿਲਾ ਅੱਗੇ, ਬਟ ਮੇਰਾ ਜਿਹੜਾ ਮੈਨੂੰ ਜ਼ਿਆਦਾ ਜਿਸ 'ਚ ਪਬਲਿਸਿਟੀ ਮਿਲੀ ਸੀ ਉਹ ਗਾਣਿਆਂ ਦੇ ਵਿੱਚ, ਬਿਲਕੁਲ ਜੀ ਕਿਉਂਕਿ ਮਾਂ ਮੈਂ ਸਹੁਰੇ ਜਾਈ ਹਾਂ ਗਾਣਾ ਵਧੀਆ ਰਿਹਾ ਸੀ, ਉਸ ਤੋਂ ਬਾਅਦ ਮੈਂ ਉਹ ਗਾਣਾ ਜੀ ਕੀਤਾ ਸੀ, ਮੈਂ ਕਿਹਦਾ ਕਿਹਦਾ ਮਾਣ ਰੱਖ ਲਾਂ ਮੈਂ ਕੱਲੀ ਤੇ ਮੁਲਾਜ਼ੇਦਾਰ ਬਾਲੇ, ਉਸ ਤੋਂ ਬਾਅਦ ਮੈਂ ਗਾਣਾ ਕੀਤਾ ਗਾਜਰ ਵਰਗੀ, ਮੈਨੂੰ 3-4-5-7 ਗਾਣੇ ਤੇ ਏਦਾਂ ਯਾਦ ਆ ਕਿ ਮੈਨੂੰ ਇੱਕ ਯਾਦ ਹੈ ਕਿ ਇੱਕ ਵਾਰੀ ਮੈਂ ਟੀਵੀ ਦੇਖਦੀ ਪਈ, ਆਈ ਥਿੰਕ 8 ਗਾਣੇ ਚੱਲੇ ਹੋਣੇ, 8 ਹੀ ਗਾਣੇ ਮੇਰੇ ਸੀਗੇ, ਵਾਹ ਜੀ ਵਾਹ, ਇੰਨੇ ਕੀ ਜ਼ਿਆਦਾ ਬਾਤ ਗਾਣੇ ਕੀਤੇ, ਫਿਰ ਮੈਨੂੰ ਲੱਗਾ ਕਿ ਯਾਰ ਮੈਂ ਕੀ ਕਰਦੀ ਪਈ ਆ, ਇੰਨੇ ਜ਼ਿਆਦਾ ਗਾਣੇ ਮਤਲਬ ਕਿਸੇ ਹੋਰ ਨੂੰ ਮੌਕਾ ਹੀ ਨਾ ਮਿਲੇ ਵਿਚਾਰੇ ਨੂੰ ਹਨਾ, ਤੇ ਫਿਰ ਮੈਨੂੰ ਲੱਗਾ ਹੁਣ ਮੈਨੂੰ ਕੁਛ ਹੋਰ ਕਰਨਾ ਚਾਹੀਦਾ, ਕੁਛ ਵਧੀਆ ਕਰਨਾ ਚਾਹੀਦਾ, ਕਿਉਂਕਿ ਤੁਸੀਂ ਨਾ ਇੱਕ ਜਿੱਦਾਂ ਜਦੋਂ ਤੁਸੀਂ ਇੱਕ ਐਕਸਪ੍ਰੈਸ਼ਨ ਚ ਫਸ ਜਾਂਦੇ ਹੋ ਨਾ, ਤੇ ਜਿਹੜੇ ਵੀ ਤੁਹਾਨੂੰ ਬੁਲਾਉਂਦੇ ਸਨ ਉਹਨਾਂ ਦੀ ਇੱਕ ਲਿਮਿਟੇਸ਼ਨ ਹੁੰਦੀ ਕਿ ਏਦਾਂ ਦਾ ਹੀ ਕੰਮ ਕਰ ਸਕਦੀ, ਕਿਉਂਕਿ ਮੈਂ ਕੀਤਾ ਸੀ ਥੀਏਟਰ, ਮੈਂ ਹੋਰ ਵੀ ਬਹੁਤ ਕੁਛ ਕਰਨਾ ਚਾਹੁੰਦੀ ਸੀ ਕਿ ਮੈਂ ਇਸ ਤੋਂ ਇਲਾਵਾ ਵੀ ਕੁਛ ਕਰਾਂ, ਪਰ ਉਹ ਗਾਣੇ 'ਚ ਤਾਂ ਪੋਸੀਬਲ ਹੁੰਦਾ ਨਹੀਂ ਸੀਗਾ, ਜੀ ਫਿਰ ਮੈਨੂੰ ਲੱਗਾ ਕਿ ਬੰਬੇ ਜਾਇਆ ਜਾਵੇ, ਕੁਛ ਵਧੀਆ ਕੰਮ ਕੀਤਾ, ਮਤਲਬ ਇਹ ਨਹੀਂ ਕਿ ਉੱਥੇ ਵੀ ਵਧੀਆ ਕੰਮ ਹੁੰਦਾ ਸੀ, ਬਟ ਐਜ਼ ਐਨ ਐਕਟਰ ਮੈਨੂੰ ਉਸ ਤਰੀਕੇ ਦਾ ਕੰਮ ਨਹੀਂ ਸੀ ਮਿਲ ਰਿਹਾ, ਐਜ਼ ਅ ਕਾਮੇਡੀਅਨ ਹੀ ਮੈਂ ਜ਼ਿਆਦਾ ਆਂ, ਐਜ਼ ਅ ਮਾਡਲ, ਕਿ ਇੱਕ ਤਾਂ ਮੈਨੂੰ ਜਦੋਂ ਕੋਈ ਕਹਿੰਦਾ ਮਾਡਲ ਤੇ ਮੈਨੂੰ ਬਹੁਤ ਬੁਰਾ ਲੱਗਦਾ, ਅੱਛਾ ਜੀ ਮੈਨੂੰ ਏਦਾਂ ਲੱਗਦਾ ਜਿਵੇਂ ਕਾਰ ਦਾ ਮਾਡਲ ਆ ਕੋਈ, ਜੀ ਕਿ ਐਕਟਰ ਆ ਅਸੀਂ ਚਾਹੇ ਕੋਈ ਵੀ ਆ, ਕੋਈ ਐਕਟ ਕਰ ਰਹੇ ਆ ਨਾ ਅਸੀਂ, ਜੀ ਉਦੋਂ ਫਿਰ ਮੈਨੂੰ ਲੱਗਾ ਕਿ ਨਹੀਂ ਮੈਨੂੰ ਹੁਣ ਥੋੜਾ ਕੀ ਕਰਾਂ ਮੈਂ ਐਸਾ, ਮਤਲਬ ਆਪਣੇ ਮੈਂ ਥੋੜੀ ਜਿਹੀ ਬੋਰ ਵੀ ਹੋਈ ਨਹੀਂ ਆਪਣਾ, ਮਤਲਬ ਮੈਨੂੰ ਕੋਈ ਕੰਮ ਇੱਕ ਵਾਰੀ ਕਰਦੀ ਨਾ, ਫਿਰ ਮੈਨੂੰ ਲੱਗਦਾ ਹੁਣ ਇਸ ਤੋਂ ਅੱਗੇ ਕੀ ਕਰਾਂ, ਫਿਰ ਮੈਨੂੰ ਲੱਗਾ ਜਦੋਂ ਮੈਂ ਕਰਦੀ ਹੁੰਦੀ ਸੀ ਗਾਣੇ ਮੇਰੇ ਜ਼ਿਆਦਾ ਸਿੰਕ ਵਾਲੇ ਗਾਣੇ ਹੁੰਦੇ ਸੀ, ਜੀ ਤੇ ਉਹ ਫਿਰ ਮੈਨੂੰ ਕੋਈ ਕਹਿੰਦਾ ਤੂੰ ਗਾਉਣਾ ਸ਼ੁਰੂ ਕਰ ਦੇ, ਬਟ ਮੈਨੂੰ ਗਾਉਣਾ ਇੰਨਾ ਗਾਉਣ ਦਾ ਇੰਨਾ ਇੰਨਾ ਮਜ਼ਾ ਨਹੀਂ ਆਉਂਦਾ ਜਿੰਨਾ ਮੈਨੂੰ ਐਕਟਿੰਗ ਕਰਨ ਦਾ ਮਜ਼ਾ ਆਉਂਦਾ, ਜੀ ਤੇ ਫਿਰ ਮੈਂ ਬੰਬੇ ਆ ਗਈ, ਤੇ ਬੰਬੇ ਵੀ ਮਤਲਬ ਅਚਾਨਕ ਹੀ ਆਈ ਸੀਗੀ, ਉਹ ਵੀ ਕੋਈ ਸੋਚ ਕੇ ਨਹੀਂ ਆਈ ਕਿ ਮੈਂ ਬੰਬੇ ਜਾਣਾ, ਅੱਛਾ ਜੀ ਤੇ ਇਸ ਦੌਰਾਨ ਮੈਡਮ ਫਿਰ ਕਦੇ ਗਾਣਾ ਗਾਇਆ ਵੀ ਸੀ ਵੈਸੇ ਤੁਸੀਂ? ਗਾਣੇ ਮੈਂ ਕਾਫੀ ਗਾਏ, ਮਤਲਬ ਐਦਾਂ ਨਹੀਂ ਕਿ ਬਹੁਤ ਜ਼ਿਆਦਾ ਗਾ ਦਿੱਤੇ, 5-6 ਗਾਣੇ ਗਾਏ ਆ ਮੈਂ, ਜੀ ਜੇ ਤੁਸੀਂ ਗਾਣਿਆਂ ਦੀ ਗੱਲ ਕੀਤੀ ਹੈ ਤਾਂ ਸਾਨੂੰ ਵੀ ਜਿਹੜਾ ਇੱਕ ਅੱਧਾ ਗਾਣਾ ਸੁਣਾ ਦਿਓ ਜਿਹੜਾ ਤੁਹਾਡਾ ਫੇਵਰੇਟ ਹੋਵੇ। ਮੇਰੇ ਸਾਰੇ ਹੀ ਫੇਵਰੇਟ ਆ, ਕੋਈ ਵੀ ਇੱਕ ਸੁਣਾ ਦਿਓ ਜੀ। ਸਾਰੇ ਹੀ ਫੇਵਰੇਟ ਆ, ਬਟ ਇੱਕ ਗਾਣਾ ਨਾ ਮੈਂ ਕੀਤਾ ਸੀਗਾ, ਉਹ ਮੈਂ ਹੁਣ ਵੀ ਜਦੋਂ ਕਿਤੇ ਫਿਲਮ ਕਿਤੇ ਸ਼ੂਟਿੰਗ ਤੇ ਜਾਂਦੀ ਹਾਂ ਹੁਣ, ਤੇ ਜਦੋਂ ਮੈਂ ਹੁਣ ਵੀ ਗਈ ਸੀ ਇੱਕ ਫਿਲਮ ਕੀਤੀ, ਗੁਰਨਾਮ ਭੁੱਲਰ ਸੀਗਾ, ਗੁਰਨਾਮ ਭੁੱਲਰ ਜੀ ਸੀਗੇ, ਤੇ ਉਹ ਮੈਨੂੰ ਕਹਿੰਦੇ ਕਿ ਮੈਂ ਤੁਰੀ ਜਾਂਦੀ ਪੀ, ਤੇ ਕਹਿੰਦਾ ਉਹ ਤੁਹਾਡਾ ਗਾਣਾ ਕਿੰਨਾ ਸੋਹਣਾ ਸੀ ਨਾ ਭਾਭੀ, ਤੇਰਾ ਨਾਂ ਭਾਭੀ ਮੇਰਾ ਨਾਂ ਵਿਸਕੀ, ਜੀ ਮੈਂ ਹਾਂ ਜੀ ਕਿਹਾ ਹਾਂ ਜੀ ਅੱਛਾ ਤੇ ਨਹੀਂ, ਮੈਂ ਕਿਹਾ ਕਹਿੰਦਾ ਸੀ ਸਕੂਲ ਹੋਈਦਾ ਸੀ ਅਸੀਂ ਤੁਹਾਡਾ ਗਾਣਾ ਚੁੱਪ ਲੋਕ ਲੋਕ ਕੇ ਦੇਖੀਦਾ, ਹਾਂਜੀ ਅਮਨ ਕਿਰੇ ਤੌਲਖ ਨਾਲ ਇੱਕ ਫਿਲਮ ਕੀਤੀ, ਉਹ ਤੇ ਉਹ ਮੈਂ ਤੁਰੀ ਜਾਂਦੀ, ਕਹਿੰਦਾ ਉਹ ਭਾਬੀ ਮੇਰਾ ਨਾਮ ਇਸਕੀ, ਮੈਂ ਕਿਹਾ ਮਤਲਬ ਉਹ ਗਾਣਾ ਸ਼ਾਇਦ ਲੋਕਾਂ ਨੂੰ ਜ਼ਿਆਦਾ ਯਾਦ ਹੈ, ਬਿਲਕੁਲ ਜੀ ਉਹਦੇ ਮੈਂ 2 ਲਾਈਨਾਂ ਯਾਦ ਬੋਲ ਦਿੰਨੀ ਆ, ਮੈਨੂੰ ਪੂਰਾ ਤਾਂ ਯਾਦ ਨਹੀਂ ਹੈਗਾ, ਹੋ ਭਾਬੀ ਮੇਰਾ ਨਾਂ ਵਿਸਕੀ ਮੁੰਡੇ ਹਾਣ ਦੇ ਪਕਾਈ ਫਿਰ ਦੇ, ਭਾਬੀ ਮੇਰਾ ਨਾਂ ਵਿਸਕੀ ਮੁੰਡੇ ਹਾਣ ਦੇ ਪਕਾਈ ਫਿਰ ਦੇ, ਉੱਤੇ ਮੇਰਾ ਨਾਂ ਲਿਖ ਕੇ ਮੈਨੂੰ ਬੋਤਲਾਂ ਚ ਪਾਈ ਫਿਰ ਦੇ,
ਭਾਬੀ ਮੇਰਾ ਨਾਂ ਵਿਸਕੀ ਮੁੰਡੇ ਹਣ ਦੇ ਪਕਾਈ ਫਿਰਦੇ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਗਾਣਾ ਜੀ, ਤੇ ਗਾਇਕੀ ਵੀ ਤੁਹਾਡੀ ਵੈਸੇ ਬਹੁਤ ਹੀ ਸੋਹਣੀ ਸੀਗੀ। ਮੇਰਾ ਖਿਆਲ ਹੈ ਜੇ ਤੁਸੀਂ ਉਹ ਚੀਜ਼ ਨੂੰ ਵੀ ਕੰਟੀਨਿਊ ਕਰ ਲੈਂਦੇ ਤਾਂ ਮੇਰਾ ਖਿਆਲ ਅੱਜ ਡੀਜੇ ਦੇ ਉੱਤੇ ਵੱਜਣ ਵਾਲੇ ਬਹੁਤ ਸਾਰੇ ਗਾਣੇ ਤੁਸੀਂ ਉਹ ਹੋਰ ਵੀ ਦੇ ਦੇਣੇ ਮੈਂ ਤੈਨੂੰ ਸੀਗੇ। ਦੱਸਿਆ ਮੈਨੂੰ ਗਾਣ ਦਾ ਨਹੀਂ ਇੰਨਾ ਸ਼ੌਂਕ ਹੈਗਾ, ਮੈਨੂੰ ਮੈਨੂੰ ਜ਼ਿਆਦਾ ਐਕਟਿੰਗ ਦਾ ਸ਼ੌਂਕ ਹੈ। ਮੈਨੂੰ ਲੱਗਦਾ ਕਿ ਮੈਂ ਐਕਟਿੰਗ ਕਰਾਂ ਬਸ, ਜੀ 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 ਤੇ ਗਾਉਣਾ ਮੈਨੂੰ ਲੱਗਦਾ ਕਿ ਜਿਨ੍ਹਾਂ ਨੂੰ ਵਧੀਆ ਗਾਉਣਾ ਆਉਂਦਾ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਮੇਰੇ ਵਰਗੇ ਕੰਮ ਸਾਰਿਆਂ ਲਈ ਠੀਕ ਆ, ਮੈਨੂੰ ਜਦੋਂ ਦਿਲ ਕਰਦਾ ਉਦੋਂ ਮੈਂ ਗਾਣਾ ਕਰ ਲੈਂਦੀ ਹਾਂ ਆਪਣੇ, ਮਤਲਬ ਮੈਨੂੰ ਜਦੋਂ ਦਿਲ ਕਰਦਾ ਕਿ ਚਲੋ ਕੁਛ ਗਾ ਲਈਏ ਜਾਂ ਕੁਛ ਕੰਮ ਨਹੀਂ ਹੈਗਾ ਤੇ ਚਲੋ ਗਾਣਾ ਗਾ ਲੈਂਦੇ ਹਾਂ, ਬਟ ਜੀ ਓਦਾਂ ਨਹੀਂ ਮੈਨੂੰ ਪ੍ਰੋਫੈਸ਼ਨਲੀ ਜੀ ਮੈਂ ਲੈ ਨਹੀਂ ਮੈਨੂੰ, ਕਿਉਂਕਿ ਮੈਂ ਉਸ ਲੈਵਲ ਦਾ ਹਲੇ ਨਾ ਸਿੱਖਿਆ ਆ ਨਾ ਮੈਂ ਉਸ ਲੈਵਲ ਦਾ ਗਾਉਂਦੀ ਹਾਂ। ਬਸ ਮੈਂ ਥੋੜੇ ਹਲਕੇ ਫੁਲਕੇ ਜੇ ਗਾ ਲੈਂਦੀ ਹਾਂ, ਉਹ ਵੀ ਥੀਏਟਰ ਕਰਦੇ ਹੀ ਮਤਲਬ ਗਾਉਣਾ ਸਿੱਖਿਆ ਜੀ, ਤੇ ਮੈਂ ਉਹਨੂੰ ਇਸ ਕਰਕੇ ਮੈਂ ਸੋਚਦੀ ਹਾਂ ਕਿ ਨਹੀਂ ਜਿਹਦਾ ਕੰਮ ਹੈ ਉਹਨੂੰ ਚੰਗਾ ਲੱਗਦਾ। ਬਿਲਕੁਲ ਜੀ ਬਿਲਕੁਲ ਜੀ ਬਿਲਕੁਲ। ਹਾਂਜੀ ਸੋ ਮਨਤ ਜੀ, ਤੁਸੀਂ ਹੁਣੇ ਕਿਹਾ ਕਿ ਬਾਲੀਵੁੱਡ 'ਚ ਵੀ ਤੁਸੀਂ ਗਏ ਹੈਗੇ ਹੋ, ਬੰਬੇ ਗਏ ਹੋ, ਤੇ ਆਪਣੇ ਫਿਲਮ 'ਚ ਵੀ ਤੁਹਾਡਾ ਇੱਕ ਰੋਲ ਹੈਗਾ ਛੋਟਾ ਜਿਹਾ, ਤੇ ਤੁਹਾਨੂੰ ਉਦੋਂ ਕਿਵੇਂ ਦਾ ਲੱਗਿਆ ਉਸ ਮੂਵੀ 'ਚ ਰੋਲ ਪਲੇਅ ਕਰਕੇ? ਆਪਣੇ ਫਿਲਮ ਵਾਲਿਆਂ ਤੇ ਇੰਨਾ ਧੋਖਾ ਕੀਤਾ ਮੇਰੇ ਨਾਲ, ਮੈਨੂੰ 15 ਦਿਨ ਮੇਰੇ ਕੋਲ ਕੰਮ ਕਰਵਾਇਆ, ਮੇਰਾ ਸਾਰਾ ਰੋਲ ਕੱਟ ਦਿੱਤਾ ਵਿੱਚ, ਸਿਰਫ ਇੱਕ ਜਾਂ ਦੋ ਸੀਨ ਰੱਖ ਲਏ। ਅੱਛਾ ਜੀ, ਬਹੁਤ ਸੋਹਣਾ ਰੋਲ ਸੀ, ਭਗਵੰਤ ਮਾਨ ਦੇ ਆਪੋਜ਼ਿਟ ਸੀਗਾ, ਕਾਮੇਡੀ ਸੀ, ਔਰ ਮੇਰੇ ਧਰਮਿੰਦਰ ਜੀ ਤੇ ਸਨੀ ਦਿਓਲ ਨਾਲ ਕਾਫੀ ਅੱਛੇ ਸੀਨ ਸੀਗੇ ਜੀ। ਪਤਾ ਨਹੀਂ ਫਿਰ ਉਹਨਾਂ ਨੇ ਕੋਈ ਫਿਲਮ ਚੁਣਾ ਦਾ, ਉਹਨਾਂ ਨੇ ਪੂਰਾ ਟਰੈਕ ਹੀ ਉਡਾ ਦਿੱਤਾ ਉਹਲਾ। ਅੱਛਾ ਜੀ, ਉਹ ਚੰਡੀਗੜ੍ਹ ਸੀਗੀ, ਮੈਂ ਉਦੋਂ ਸ਼ੂਟ ਕੀਤੀ ਸੀ, ਉਹ ਚੰਡੀਗੜ੍ਹ ਹੀ ਸ਼ੂਟ ਹੋਈ ਸੀ ਫਿਲਮ, ਜੀ 10-15 ਦਿਨ ਮੈਂ ਕੰਮ ਕੀਤਾ ਸੀ। ਬਟ ਜਦੋਂ ਮੈਂ ਫਿਲਮ ਦੇਖੀ ਤੇ ਮੇਰੇ ਇੱਕ ਕਿ ਦੋ ਸੀਨ ਸੀਗੇ, ਮੈਨੂੰ ਤਾਂ ਬਹੁਤ ਨਿਰਾਸ਼ ਹੋਈ ਕਿਉਂਕਿ ਮੈਂ ਬਹੁਤ ਟਾਈਮ ਦਿੱਤਾ ਸੀ ਉਸ ਫਿਲਮ ਨੂੰ, ਔਰ ਵੈਸੇ ਵੀ ਸਨੀ ਦਿਓਲ ਉਸ ਟਾਈਮ ਤੇ ਮੇਰਾ ਫੇਵਰੇਟ ਸੀ, ਮੈਨੂੰ ਲੱਗਦਾ ਸੀ ਮੈਂ ਉਹਨਾਂ ਨਾਲ ਕੰਮ ਕਰ ਰਹੀ ਹਾਂ, ਤੇ ਮੇਰਾ ਇੱਕ ਵੀ ਸੀਨ ਉਹਨਾਂ ਨੂੰ ਨਹੀਂ ਪਾਇਆ, ਸਾਰਾ ਰੋਲ ਹੀ ਕੱਟ ਦਿੱਤਾ ਜੀ। ਤੇ ਬੜੀ ਨਿਰਾਸ਼ਾ ਜੀ ਹੋਈ ਕਿ ਯਾਰ ਮੈਂ ਇੰਨਾ ਟਾਈਮ ਵੀ ਖਰਾਬ ਕੀਤਾ, ਬਹੁਤ ਕੰਮ ਵੀ ਛੱਡਿਆ ਉਹਦੇ ਕਰਕੇ, ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਇਹ ਫਿਲਮ ਕਰਨੀ ਹਲੇ ਤੁਸੀਂ ਕੋਈ ਹੋਰ ਕੰਮ ਨਾ ਕਰਿਓ, ਤੁਹਾਡਾ ਰੋਲ ਬਹੁਤ ਸੋਹਣਾ, ਤੁਹਾਡਾ ਰੋਲ ਬਹੁਤ ਸੋਹਣਾ, ਫਿਰ ਬਾਅਦ ਚ ਉਹਨਾਂ ਨੇ ਮੇਰਾ ਸਾਰਾ ਰੋਲ ਹੀ ਕੱਟ ਛੱਡਿਆ ਜੀ। ਬਹੁਤ ਨਿਰਾਸ਼ਾ ਹੁੰਦੀ ਹੈ ਯਕੀਨਨ, ਕਿਉਂਕਿ ਜਦੋਂ ਇਦਾਂ ਕੈਂਚੀ ਫੇਰ ਦਿੱਤੀ ਜਾਂਦੀ ਹੈ ਖਾਸ ਕਰਕੇ ਕੀਤੀ ਹੋਈ ਮਿਹਨਤ ਦੇ ਉੱਤੇ ਜੀ। ਤੇ ਇਸੇ ਦੌਰਾਨ ਤੁਸੀਂ ਨਾਮ ਲਿਆ ਸੀਗਾ ਜੀ ਜਸਵਿੰਦਰ ਭੱਲਾ ਜੀ ਦਾ ਛਣਕਾਟਿਆਂ ਦਾ, ਤੇ ਜਿਹਦੇ ਵਿੱਚ ਤੁਸੀਂ ਕਿਰਦਾਰ ਨਿਭਾਇਆ ਸੀ ਛੰਨੋ ਦਾ ਜੀ। ਸੋ ਅੰਮ੍ਰਿਤਸਰ ਦਾ ਪਾਣੀ ਜੀ, ਉਹਦੇ ਬਾਰੇ ਵੀ ਆਪਾਂ ਗੱਲਾਂ ਕਰ ਲਈਏ ਕੁਝ। ਹਾਂਜੀ ਹਾਂਜੀ, ਉਹ ਵੀ ਬਹੁਤ ਵਧੀਆ ਸੀ। ਉਹ ਸ਼ਾਇਦ ਨੀਲੂ ਉਸ ਟਾਈਮ ਤੇ ਨਾ ਪ੍ਰੈਗਨੈਂਟ ਸੀਗੀ। ਅੱਛਾ ਜੀ, ਤੇ ਉਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਇੰਗਲੈਂਡ ਸੀਗੀ ਜੀ, ਸ਼ੋ ਕਰਨ ਗਈ ਸੀ, ਕਹਿੰਦੇ ਕਿ ਛਣਕਾਟਾ ਕਰਨਾ, ਮੈਨੂੰ ਲੱਗਾ ਕੋਈ ਛੋਟਾ ਜਿਹਾ ਰੋਲ ਹੋਣਾ ਵਾ ਜੀ, ਤੇ ਕਿਉਂਕਿ ਉਹਨਾਂ ਦਾ ਮੇਨ ਤਾਂ ਉਹੀ ਕਰਦੇ ਹੁੰਦੇ ਸੀ ਨੀਲੂ ਜੀ ਜੀ ਬਿਲਕੁਲ। ਤੇ ਫਿਰ ਮੈਂ ਜਦੋਂ ਵਾਪਸ ਆਈ ਤੇ ਉਹ ਕਹਿੰਦੇ ਨਹੀਂ ਉਹ ਐਤਕੀ ਨੀਲੂ ਨਹੀਂ ਹੈਗੀ, ਆਪਾਂ ਉਹਦਾ ਕਨਸੈਪਟ ਚੇਂਜ ਕਰ ਰਹੇ ਹਾਂ, ਤੇ ਨੀਲੂ ਦੀ ਜਗ੍ਹਾ ਤੇ ਆਪਾਂ ਕੋਈ ਛੰਨੋ ਕੈਰੇਕਟਰ ਪਾ ਰਹੇ ਹਾਂ ਜੀ। ਤੇ ਉਹ ਬੜਾ ਵਧੀਆ ਰਿਹਾ ਉਹਨਾਂ ਨਾਲ, ਉਹਨਾਂ ਨਾਲ ਤੇ ਵੈਸੇ ਹੀ ਬੜਾ ਵਧੀਆ ਮਜ਼ਾ ਆਉਂਦਾ ਉਹਨਾਂ ਨਾਲ ਕੰਮ ਕਰਕੇ, ਕਿਉਂਕਿ ਉਹਨਾਂ ਦੀ ਕਾਮੇਡੀ ਬਹੁਤ ਵਧੀਆ ਲੱਗਦੀ ਮੈਨੂੰ, ਟਾਈਮਿੰਗ ਸਾਡੇ ਦੋਵਾਂ ਦੀ ਟਾਈਮਿੰਗ ਬੜੀ ਪਰਫੈਕਟ ਆ, ਔਰ ਵੈਸੇ ਵੀ ਬੜੇ ਡਾਊਨ ਟੂ ਅਰਥ ਇਨਸਾਨ ਆ ਉਹ, ਬਹੁਤ ਵਧੀਆ ਐਕਟਰ ਆ, ਸਾਰੇ ਵਧੀਆ ਆ, ਮਤਲਬ ਮੇਰੀ ਟਿਊਨਿੰਗ ਅੱਛੀ ਹੈਗੀ ਉਹਨਾਂ ਦੇ ਨਾਲ ਜੀ, ਤੇ ਕੰਮ ਕਰਨ ਦਾ ਬੜਾ ਮਜ਼ਾ ਆਉਂਦਾ ਜੀ। ਤੁਸੀਂ ਬਹੁਤ ਸਾਰੀਆਂ ਫਿਲਮਾਂ ਵੀ ਕੀਤੀਆਂ ਨੇ ਉਹਨਾਂ ਦੇ ਵਿੱਚ, ਤੇ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਕਹਿੰਦੇ ਕੰਮ ਹਮੇਸ਼ਾ ਹੀ ਕਮਾਲ ਦਾ ਹੁੰਦਾ ਹੀ ਹੈ। ਬਹੁਤ ਵਧੀਆ, ਬਹੁਤ ਵਧੀਆ ਜੀ ਜੀ। ਜੇਕਰ ਮਨਤ ਜੀ ਤੁਹਾਡੀ ਪਹਿਲੀ ਫਿਲਮ ਦੇ ਬਾਰੇ ਗੱਲ ਕਰੀਏ ਮਹਿੰਦੀ ਵਾਲੇ ਹੱਥ, ਤਾਂ ਤੁਸੀਂ ਮੈਨੂੰ ਲੱਗਦਾ ਪੰਜਾਬੀ ਇੰਡਸਟਰੀ ਚ ਉੱਥੋਂ ਹੀ ਡੈਬਿਊ ਕੀਤਾ ਸੀਗਾ? ਹਾਂਜੀ ਹਾਂਜੀ, ਫਸਟ ਫਿਲਮ ਮੇਰੀ ਉਹੀ ਆ, ਨਹੀਂ ਫਸਟ ਫਿਲਮ ਪਹਿਲਾਂ ਮੈਂ ਕੋਈ ਹੋਰ ਕੀਤੀ ਸੀ, ਪੰਜਾਬ ਸੀਗੀ ਫਿਲਮ ਦਾ ਨਾਮ ਸੀ ਪੰਜਾਬ ਜੀ, ਤੇ ਉਹ ਰਿਲੀਜ਼ ਸ਼ਾਇਦ ਲੇਟ ਹੋਈ, ਬਟ ਪਹਿਲਾਂ ਮਹਿੰਦੀ ਵਾਲੇ ਹੱਥ ਰਿਲੀਜ਼ ਹੋ ਗਈ, ਉਹ ਫਿਲਮ ਸੀਗੀ। ਹਾਂਜੀ ਜੀ। ਸੋ ਤੁਹਾਨੂੰ ਜਿਹੜਾ ਹੈਗਾ ਬਤੌਰ ਐਕਟਰ, ਸੋ ਪਹਿਲੀ ਫਿਲਮ ਵਿੱਚ ਕਿਵੇਂ ਦਾ ਲੱਗਿਆ? ਬਹੁਤ ਵਧੀਆ, ਮਜ਼ਾ ਆ ਗਿਆ ਕੰਮ ਕਰਕੇ, ਕਿਉਂਕਿ ਰੋਲ ਹੀ ਬੜਾ ਕੈਂਟ ਸੀਗਾ, ਜਿਹੜਾ ਮੈਂ ਮਹਿੰਦੀ ਵਾਲੇ ਹੱਥ ਚ ਵੀ ਜਿਹੜਾ ਕੈਰੇਕਟਰ ਸੀਗਾ ਉਹ ਵਿੱਚ ਬਹੁਤ ਸਾਰੀਆਂ ਸ਼ੇਡ ਸੀਗੀਆਂ, ਤੇ ਐਜ਼ ਐਨ ਐਕਟਰ ਮੈਨੂੰ ਬਹੁਤ ਵਧੀਆ ਲੱਗਾ, ਮਜ਼ਾ ਆਇਆ ਕੰਮ ਕਰਕੇ ਜੀ, ਬਿਲਕੁਲ ਜੀ। ਔਰ ਲੋਕਾਂ ਨੇ ਬਹੁਤ ਪਿਆਰ ਵੀ ਦਿੱਤਾ ਮੈਨੂੰ, ਉਸ ਤੋਂ ਬਾਅਦ ਕਾਫੀ ਕੰਮ ਮਿਲਿਆ। ਹਾਂਜੀ ਹਾਂਜੀ, ਉਸ ਤੋਂ ਬਾਅਦ ਕਾਫੀ ਕੰਮ ਵੀ ਮਿਲਿਆ ਮੈਨੂੰ ਜੀ 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 ਬਿਲਕੁਲ ਜੀ। ਉਹ ਬਹੁਤ ਵਧੀਆ ਸੀਗਾ, ਤੇ ਇਸ ਦੌਰਾਨ ਤੁਸੀਂ ਸ਼ੇਡ ਦੀ ਜਿਵੇਂ ਗੱਲ ਕੀਤੀ ਹੈਗੀ, ਡਿਫਰੈਂਟ ਡਿਫਰੈਂਟ ਸ਼ੇਡਸ ਹੁੰਦੇ ਨੇ, ਸੋ ਕਰੈਕਟਰ ਤੁਹਾਡਾ ਕਿਹੜਾ ਫੇਵਰੇਟ ਹੁੰਦਾ ਹੈਗਾ ਵੀ ਤੁਹਾਨੂੰ ਆਹ ਚੀਜ਼ ਕਰਨੀ ਬਹੁਤ ਪਸੰਦ ਹੈਗੀ ਕਾਮੇਡੀ ਦੇ ਵਿੱਚੋਂ, ਜਾਂ ਸੈਡ ਜਾਂ ਫਿਰ ਸੀਰੀਅਸਨੈਸ,
कॉमेडी कर रही हाँ नाल मैं सैड भी वेच होवे सारा मतलब मिक्स होना चाहिए कि मैनू एदा एदा नहीं चंगा लगता मतलब चंगा नहीं कह सकते एक्टर हाँ सी कि आ जी कॉमेडियन आ फलाना मतलब एक एक्टर कंप्लीट पैकेज की है सैड भी वधिया कर लेंदी आ ए रोमांटिक भी वधिया कर लेंदी आ ए सिंक भी वधिया कर लेंदी आ डांस भी अच्छा कर लेंदे आ मैनू उस हिसाब नाल लगता है कि एक फिल्म दे विच हर चीज होनी चाहिए आ। जी हाँ जी वैसे मैंने ज्यादा मजा कॉमेडी करके आता क्योंकि किसी नु हसाना बड़ा अच्छा हुंदा किसी नु बिल्कुल जी हसाना सौखा नहीं हुंदा ते तुसी कई बारी कुछ ऐसा कार क्रिएट कर दिंदे हो सामने वाला हासा हस पागल हो जांदा मतलब आपा ते सिंपल ही डायलॉग बोलिया हुंदा बट सामने वाले ने उन्हें किस तरह सुनिया उन्हें देख के हासा आया। हुण मैं एक फिल्म की थी मैं ते रीतू मेरा जी ओदे बिल्कुल जी विच एक बिल्कुल जी डायलॉग सीगा अनीता मैडम ना अनीता देवगन जी दे ना मेरे सास बने ही ते जी 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 ओ डायलॉग सीगा कि ओ मैं बाल्टी रख दी जोर दी कहिंदी राम ना राखे नू तेरे प्यो ने दाच नहीं दित्ती ते मेरा डायलॉग सीगा मैं तो दित्ती सी ना मेरे प्यो ने ओ ते राम ना रखी नहीं जांदी तेरे कोलों ते जी ओ सिंपल जा जी डायलॉग आ। हां जी जी सिंपल जा डायलॉग आ मतलब ओ इतना ज्यादा रील्स भी बनिया ओदे ऊपर टिकटॉक भी बिल्कुल जी बने किन्ना मतलब आपा ते सिंपल ही बोलया इक बट जी लोकां नू किन्ना वधिया लगा ओ। हां बिल्कुल जी 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 इस दौरान फिर तुसी जिवें बहुत सारा काम जदों करदे हो ते काम दी फिर सिलेक्शन दा तुहाडा क्राइटेरिया की रहिंदा है जी, खास करके जदों आपां कह लो कि करैक्टर दे विच डायलॉग्स दी वी आपां गल कर लो, तां फिर किवें किवें तुसी ये सारियां चीज़ां चुणदे हो? एक्चुअली पता की है मैनू ना इदा लगता कि रब ने मैनू ना बड़ा चुन के बनाया होया वाह जी वाह ते रब ने मैनू ना जिंदगी च सब कुछ दिता जो मैनू चाहिए सीगा और जिदा रोल भी है ना मैनू हमेशा ओही रोल ऑफर होगा जिच मेरे लिए कुछ करने लिए मेरे को होगा ना मैनू हमेशा ओही रोल ऑफर होए आ मैनू कदी भी किसी ने वेस्ट नहीं किया इस गलों मैं बहुत परमात्मा का शुक्रिया अदा करती हाँ कि जे मैनू किसी रोल लिए बुलाउंदे आ ते उस चीज में ब्लेस्ड हाँ कि मैनू वधिया रोल लिए बुलाउंदे नहीं ते कोई बुलाउंदा ही नहीं कि रहन दो जो तो लगता है कि हाँ आ कैरेक्टर होना तो एक होना वा तो मैनू उदो ही बुलाउंदे आ ते मैं ओनू फिर अपने तन मन ना करदी हाँ वधिया तरीके जी ना करदी हाँ। बिल्कुल जी, ये तो असी जरूर साढ़े जिहड़ा किरदार है वह देख के ही पता लग जाता है कि किन्ना तुसी सोहणा उन्हां चीज़ां निभा रहे हो। सो इसे दौरान तुसी गल कीती है जी मैं तेरी तू मेरा फिल्म दी, सो उस फिल्म दे करके तुहानूं जिहड़ा बेस्ट सपोर्टिंग करैक्टर दे विच जिहड़ा अवार्ड भी मिलिया सीगा, सो हाँ उस जी हाँ अवार्ड जी बारे भी आपां गल कर लईए हाँ जी। जी अवार्ड मिला मैं तो बड़ी खुश हुई क्योंकि मैंने आज तक कोई अवार्ड ही नहीं सी मिला इतना काम किया सी मैं अच्छा जी किन्ने साल हो गए काम कर दिया मैंने कभी अवार्ड नहीं सी मिला मतलब जी थिएटर च तो बहुत सारे अवार्ड मिले वड़े वड़े अवार्ड भी मिले बट मैंने फिल्म इंडस्ट्री च कभी अवार्ड नहीं सी मिला इतना काम करके क्योंकि जी उदो फिल्म बन दिया भी नहीं सी है ना हुण ही फिल्म का ज्यादा दौर आया तो जिस टाइम ते मैं काम किया चाहे मैं किन्ने भी हिट दिते हैं बट उस टाइम के उपर इदा के प्रोग्राम होंगे ही नहीं सी मैनू जी दर्शकों का प्यार ही बहुत बड़ा अवार्ड लगता है क्योंकि मैं जो बिल्कुल चलती जी पई हाँ मैनू कोई आके मिलता प्यार ना कि तुहाडा गाना बहुत वधिया सी तुहानू बहुत पसंद कर सी तुहाडे फैन है किन्ना मजा लगता मजा आता इदा लगता है कि रब ने किन्ना स्पेशल बनाया कि कोई एड्डी दूरों चल के आया मैनू मिलन लिए है बिल्कुल ना कई बार जी फेसबुक ते ही कोई मैसेज कर दिंदा कि असीं तुहाडे फैन आ असीं तुहानू छोटे हुंदे तो देख तो मैनू ये नहीं समझ आती छोटे हुंदे तो कदों तो देखते आया जी असीं भी तुहानूं छोटे हुंदे तो ही देखते मैं उन्होंने पूछती नहीं कि छोटे अंदर देखो तो मतलब किन्ने साल दा सी तू आए जी बिल्कुल जी तो वधिया लगदा ना जदों वैसे भी कहंदे ने जिन्ने आर्टिस्ट हुंदे ओ कहंदे ने रब ने ना थोड़े बहुत ज्यादा प्यार ना बनाए हुंदे इस करके उन्होंने बहुत ज्यादा प्यार मिलदा ते ओही बहुत वड्डा प्यार हुंदा दर्शकां दा प्यार बट जदों ओ मैनूं पीटीसी वाल्यां दा अवार्ड मिलिया सी ते मैनूं बहुत खुशी होई सी क्योंकि मेरे ना बहुत वधिया वधिया एक्ट्रेस नॉमिनेटेड सीगियां ते जी मैनूं जदों मिलिया मैनूं बहुत वधिया लगा। जी सो असी जिहड़ा हैगा एक कलाकार महान कलाकार नाल तां गल कर ही रहे हां ते बतौर एक खुश मिजाज इंसान नाल भी गल कर रहे हां जी। थैंक यू जी सो थैंक इसे यू। दौरान मैं यही पूछांगी तुहाडे तों कि दक्ष अजीत सिंह जो तुहाडे हस्बैंड है उन्हां नाल तुहाडी मुलाकात किवें हुई?
ਉਹਨਾਂ ਨਾਲ ਮੁਲਾਕਾਤ ਬਹੁਤ ਵਾਰੀ ਹੋਈ ਸੀ। ਪਹਿਲਾਂ ਅਸੀਂ ਇਕੱਠੇ ਕੰਮ ਵੀ ਕੀਤਾ ਕਾਫੀ, ਉਹ ਵੀ ਗਾਣੇ ਕਰਦੇ ਹੁੰਦੇ ਸੀਗੇ ਉਦੋਂ ਤੇ, ਕਦੀ ਏਦਾਂ ਦਿਮਾਗ 'ਚ ਨਹੀਂ ਸੀ ਆਉਂਦਾ ਵਧੀਆ, ਮਤਲਬ ਠੀਕ ਹੈ ਅੱਛਾ ਫਰੈਂਡ ਸੀਗਾ। ਬਟ ਜਦੋਂ ਅਸੀਂ ਬੋਂਬੇ ਸ਼ਿਫਟ ਹੋਏ, ਉਹ ਵੀ ਉਸ ਟਾਈਮ ਤੇ ਬੋਂਬੇ ਸ਼ਿਫਟ ਹੋਏ ਸੀਗੇ, ਤੇ ਅਸੀਂ ਇਕੱਠਿਆਂ ਨੇ ਇੱਕ ਸੀਰੀਅਲ ਕੀਤਾ। ਸੀਰੀਅਲ ਕਰਦੇ ਕਰਦੇ ਆਪਸ 'ਚ ਅੰਡਰਸਟੈਂਡਿੰਗ ਹੋ ਗਈ, ਫਿਰ ਘਰਦੇ ਨੇ ਕਿਹਾ ਕਿ ਹੁਣ ਕਿੰਨਾ ਚਿਰ ਏਦਾਂ ਹੀ ਰਹਿਣਾ ਤੁਸੀਂ, ਕੰਮ ਵਿਆਹ ਤੇ ਕਰਾਉਣਾ ਹੀ ਆ, ਕਰਾ ਲਓ। ਫਿਰ ਵਿਆਹ ਕਰਾ ਲਿਆ। ਜੀ ਬਿਲਕੁਲ ਜੀ। ਤੇ ਫੈਮਿਲੀ ਬਾਰੇ ਥੋੜਾ ਜਿਹਾ ਹੋਰ ਵੀ ਦੱਸੋ ਜੀ, ਅਸੀਂ ਜ਼ਰੂਰ ਸੁਣਨਾ ਚਾਹਾਂਗੇ ਉਸ ਬਾਰੇ। ਫੈਮਿਲੀ ਚ ਮੰਮੀ ਡੈਡੀ ਤੇ ਬ੍ਰਦਰ ਸਿਸਟਰ ਤੇ ਇੱਕ ਮੇਰਾ ਘਰ ਵਾਲਾ ਜੀ। ਹਾਂਜੀ, ਬੱਚੇ ਨਹੀਂ ਕੀਤੇ ਅਸੀਂ ਹਲੇ। ਜੀ ਠੀਕ ਹੈ ਜੀ। ਜੀ ਮੈਨੂੰ ਲੱਗਦਾ 130 ਕਰੋੜ ਆਬਾਦੀ ਹੈਗੀ ਤੇ 131 ਕਿਉਂ ਕਰਨੀ ਆ। ਬਿਲਕੁਲ ਜੀ ਬਿਲਕੁਲ। ਸੋ ਅਸੀਂ ਜੇ ਤੁਹਾਡੀ ਇੰਟਰਸਟਿੰਗ ਗੱਲਾਂ ਬਾਤਾਂ ਤਾਂ ਸੁਣ ਹੀ ਰਹੇ ਹੈਗੇ ਆ, ਤੇ ਇੱਕ ਤੁਹਾਡੀ ਪਿਕਚਰ ਆਈ ਸੀ ਜੀ ਅਰਸ਼ੋ, ਜਿਸ ਵਿੱਚ ਤੁਹਾਡਾ ਬੜਾ ਦਮਦਾਰ ਜਿਹਾ ਰੋਲ ਸੀਗਾ। ਹਾਂਜੀ ਹਾਂਜੀ ਜੀ। ਸੋ ਅਸੀਂ ਇਹ ਵੀ ਸੁਣਿਆ ਸੀਗਾ ਕਿ ਉਹ ਜਿਹੜਾ ਕਰੈਕਟਰ ਹੈਗਾ ਤੁਹਾਡੇ ਨਾਲ ਮਿਲਦਾ ਜੁਲਦਾ ਹੈ। ਨਹੀਂ ਨਹੀਂ ਕਿਹਨੇ ਕਿਹਾ, ਸ਼ਰਾਬ ਨਹੀਂ ਪੀਂਦੀ ਮੈਂ। ਅੱਛਾ ਜੀ ਜੀ ਕਲੈਵਰ ਵੀ ਸੀਗੀ ਉਹ, ਤੁਸੀਂ ਫਿਲਮ ਦੇਖੀ ਹੋਗੀ ਤੁਹਾਨੂੰ ਪਤਾ ਹੋਊਗਾ। ਮਤਲਬ ਉਹ ਬਹੁਤ ਹੀ ਅਲੱਗ ਜਿਹਾ ਕੈਰੇਕਟਰ ਸੀਗਾ, ਐਜ਼ ਅ ਹੀਰੋਇਨ ਜੇ ਕੋਈ ਕੰਮ ਕਰੇ ਤੇ ਉਹ ਬੜੀ, ਮਤਲਬ ਕਹਿੰਦੇ ਹੁੰਦੇ ਕਿਸੇ ਦਾ ਸੁਪਨਾ ਪੂਰਾ ਹੋਣਾ, ਕਿੱਦਾਂ ਦਾ ਰੋਲ ਕਰਨਾ, ਜਿਵੇਂ ਕੋਈ ਕਵੇ ਕਿ ਡ੍ਰੀਮ ਰੋਲ ਆ, ਉਹ ਏਦਾਂ ਦਾ ਰੋਲ ਆ। ਤੇ ਉਹਦੇ ਵਿੱਚ ਮਤਲਬ ਉਹਦੇ ਵਿੱਚ ਜਿਹੜਾ ਉਹਦਾ ਕੈਰੇਕਟਰ ਸੀਗਾ ਕਿ ਉਹ ਸੋਚਦੀ ਕੋਸ਼ ਹੁੰਦੀ ਆ, ਬੋਲਦੀ ਕੋਸ਼ ਹੁੰਦੀ ਆ, ਉਹ ਕੈਰੇਕਟਰ ਪਲੇ ਕਰਨਾ, ਉਹਦੇ ਲਈ ਬੜੀ ਮਿਹਨਤ ਕਰਨੀ ਪਈ ਮੈਨੂੰ ਜੀ। ਤੇ ਉਹ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ ਜੀ ਜੀ। ਤੇ ਇਸੇ ਦੌਰਾਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸ਼ੂਟਿੰਗ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਹੈ, ਤੇ ਪੰਜਾਬੀਆਂ ਦੀ ਤਾਂ ਖਾਸੀਅਤ ਹੀ ਇਹ ਹੈ ਕਿ ਉਹ ਤਾਂ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਬੈਠੇ ਨੇ। ਸੋ ਜਦੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੇ ਹੋ ਤੇ ਪੰਜਾਬੀ ਗਾਣਿਆਂ ਦੀ, ਪੰਜਾਬੀ ਫਿਲਮਾਂ ਦੀ ਸ਼ੂਟਿੰਗ ਵੀ ਕਰਦੇ ਹੋ, ਤੇ ਉਹ ਤਜਰਬੇ ਦੇ ਕਿਵੇਂ ਦੇ ਰਹਿੰਦੇ ਨੇ, ਕੀ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ, ਤੇ ਕੀ ਕੁਝ ਤੁਸੀਂ ਉੱਥੇ ਮਾਣ ਮਹਿਸੂਸ ਕਰਦੇ ਹੋ, ਉਹ ਗੱਲਾਂ ਵੀ ਜ਼ਰੂਰ ਦੱਸੋ ਜੀ ਸਾਨੂੰ। ਬਹੁਤ ਵਧੀਆ ਲੱਗਦਾ ਕਿਉਂਕਿ ਜਦੋਂ ਅਸੀਂ ਉੱਥੇ ਜਾਂਦੇ ਹਾਂ ਨਾ, ਇੰਨਾ ਪਿਆਰ ਮਿਲਦਾ ਹੈ ਉਹਨਾਂ ਦਾ, ਇੰਨਾ ਰਿਸਪੈਕਟ ਮਿਲਦੀ ਆ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਅੱਜ ਤੁਸੀਂ ਕਿਹਦੇ ਘਰ ਖਾਣਾ ਖਾ ਰਹੇ ਹੋ, ਕੱਲ ਕਿਹਦੇ ਘਰ ਖਾ ਰਹੇ ਹੋ, ਸਵੇਰੇ ਕਿਹਦੇ ਘਰ, ਸ਼ਾਮੀ ਕਿਹਦੇ ਘਰ, ਇੰਨਾ ਜ਼ਿਆਦਾ ਪਿਆਰ ਦਿੰਦੇ ਆ ਤੁਹਾਨੂੰ। ਔਰ ਉੱਥੇ ਦੀ ਆਡੀਅੰਸ ਨਾ, ਮਤਲਬ ਪੰਜਾਬ ਦੀ ਆਡੀਅੰਸ ਵੀ ਬਹੁਤ ਵਧੀਆ, ਬਟ ਉੱਥੇ ਦੀ ਆਡੀਅੰਸ ਬਹੁਤ ਗ੍ਰੇਸਫੁਲ ਕਹਿ ਲਓ, ਕਿ ਤੁਹਾਨੂੰ ਨਾ ਮਤਲਬ ਤੁਸੀਂ ਜੋ, ਜਿਵੇਂ ਮੈਂ ਹੁਣ ਥੀਏਟਰ ਦੇ ਸ਼ੋ ਕਰਨ ਗਈ ਸੀ, ਥੀਏਟਰ ਦੇ ਸ਼ੋ, ਜਦ ਮੈਂ ਪੰਜਾਬ 'ਚ ਵੀ ਕਾਫੀ ਥੀਏਟਰ ਕੀਤਾ, ਬਟ ਮੈਂ ਬੜੀ ਹੈਰਾਨ ਹੋਈ, ਮੈਂ ਜ਼ਿਆਦਾ ਥੀਏਟਰ ਬਾਹਰ ਨਹੀਂ ਸੀ ਕੀਤਾ, ਮੈਂ ਪੰਜਾਬ 'ਚ ਹੀ ਕੀਤਾ ਸੀ। ਬਹੁਤ ਲੋਕ ਤੁਹਾਨੂੰ ਖੜੇ ਟਿਕਟਾਂ ਲੈ ਕੇ ਥੀਏਟਰ ਦੇਖਦੇ ਆ, ਟਿਕਟਾਂ ਲੈ ਕੇ ਤੁਹਾਡਾ ਨਾਟਕ ਦੇਖਣ ਆਉਂਦੇ, ਤੁਹਾਡੀ ਇੱਕ ਇੱਕ ਡਾਇਲੋਗ ਦੇ ਤਾੜੀ ਮਾਰਦੇ, ਬਹੁਤ ਪ੍ਰੇਜ਼ ਕਰਦੇ ਆ, ਰਿਸਪੈਕਟ ਕਰਦੇ, ਕਿਉਂਕਿ ਐਕਚੁਅਲੀ 'ਚ ਕੀ ਹੁੰਦਾ, ਜਦੋਂ ਤੁਸੀਂ ਆਪਣੀ ਆਪਣੇ ਦੇਸ਼ ਤੋਂ ਦੂਰ ਹੁੰਦੇ ਹੋ ਤਾਂ ਤੁਹਾਨੂੰ ਜ਼ਿਆਦਾ ਪਿਆਰ ਹੋਣ ਲੱਗ ਪੈਂਦਾ ਆਪਣੀ ਦੇਸ਼ ਨਾਲ, ਆਪਣੇ ਦੇਸ਼ ਦੀ ਮਿੱਟੀ ਦੇ ਨਾਲ। ਫਿਰ ਜਦੋਂ ਕੋਈ ਇੱਥੋਂ ਉੱਥੇ ਜਾਂਦਾ ਉਹਨਾਂ ਨੂੰ, ਫਿਰ ਉਹ ਪਿਆਰ ਦਿਖਾਉਂਦੇ ਆ ਤੁਹਾਨੂੰ। ਉੱਥੇ ਸ਼ੂਟਿੰਗ ਕਰਨ ਦਾ ਬਹੁਤ ਲੋਕੀ ਇੰਨੇ ਗਿਫਟ ਲੈ ਕੇ ਆ ਜਾਂਦੇ ਆ, ਇੰਨਾ ਪਿਆਰ ਕਰਦੇ ਆ ਨਾ, ਮਤਲਬ ਤੁਹਾਨੂੰ ਤੁਸੀਂ ਕਹੋ ਵੀ ਨੀ ਕਿ ਅਸੀਂ ਕੁਛ ਖਾਣਾ, ਵਿਚਾਰੇ ਲਿਫਾਫੇ ਭਰ ਭਰ ਕੇ ਤੁਹਾਡੇ ਹੋਟਲ ਦੇ ਰੂਮਸ ਵਿੱਚ ਰੱਖ ਜਾਣਗੇ ਆ ਕੇ। ਬਹੁਤ ਪਿਆਰ ਮਿਲਦਾ ਜੀ। ਹਾਂਜੀ। ਤੇ ਇਸ ਦੌਰਾਨ ਫਿਰ ਜਦੋਂ ਕੋਈ ਲਾਈਵ ਸ਼ੋਜ਼ ਹੋਣ, ਜਾਂ ਫਿਰ ਕਿਉਂਕਿ ਮੇਰਾ ਖਿਆਲ ਤੁਸੀਂ ਐਂਕਰਿੰਗ ਵੀ ਕਰਦੇ ਰਹੇ ਹੋ ਪਹਿਲਾਂ, ਕੀਤੀ ਹਾਂਜੀ ਜੀ ਹਾਂਜੀ, ਉਹਨਾਂ ਚੀਜ਼ਾਂ ਬਾਰੇ ਵੀ, ਕਿਉਂਕਿ ਖਾਸ ਕਰਕੇ ਤਾਂ ਫਿਰ ਉਦੋਂ ਪੰਜਾਬੀ ਬੋਲਣੀ ਪੈਂਦੀ ਹੈ, ਪੰਜਾਬੀ ਦੇ ਕਵਿਤਾਵਾਂ, ਪੰਜਾਬੀ ਦੇ ਸ਼ੇਅਰ, ਸੋ ਉਹ ਚੀਜ਼ਾਂ ਦਾ ਜਿਹੜਾ ਕਿਵੇਂ ਤੁਸੀਂ ਆਪਣੇ ਜਿਹੜੇ ਕੋਲ ਜਿਹੜਾ ਸਟੋਰ ਬਣਾਉਂਦੇ ਹੋਗੇ ਆਪਣੇ ਦਿਮਾਗ ਦੇ ਵਿੱਚ? ਨਹੀਂ ਇਹਦਾ ਸਟੋਰ ਨਹੀਂ, ਮੈਂ ਤੇ ਜਿੱਦਾਂ ਹੁਣ ਸਤਿੰਦਰ ਸੱਤੀ ਦੇ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਐਂਕਰਿੰਗ ਕਰਦੇ ਨਾ, ਤੇ ਉਹ ਮੈਨੂੰ ਜਿੱਦਾਂ ਕਿ ਕਾਫੀ ਸਾਰੇ ਐਂਕਰ ਦੇ ਵਿੱਚ ਸ਼ੇਅਰ, ਮੈਂ ਤਾਂ 5-6 ਸ਼ੇਅਰ ਯਾਦ ਕਰ ਲਏ, ਉਹਨਾਂ ਨੂੰ ਬਦਲ ਬਦਲ ਕੇ ਬੋਲ ਦਿੱਤਾ, ਤੇ ਥੋੜਾ ਗੱਲਾਂ ਬਾਤਾਂ ਕਰ ਲਈ। ਮੈਂ ਜਿੱਦਾਂ ਹੁਣ ਗੱਲਾਂ ਬਾਤਾਂ ਕਰਦੀ, ਬਸ ਮੈਂ ਇੱਦਾਂ ਗੱਲਾਂ ਬਾਤਾਂ ਜ਼ਿਆਦਾ ਕਰਦੀ ਹਾਂ ਜਦੋਂ ਆਡੀਅੰਸ ਦੇ ਨਾਲ,
ਤੇ ਉਹ ਉਹਦੇ ਨਾਲ ਇੰਟਰਸਟਿੰਗ ਹੋ ਜਾਂਦਾ ਸਾਰਾ ਕੁਛ ਕਿਉਂਕਿ ਮੈਨੂੰ ਐਂਕਰਿੰਗ ਦਾ ਮਤਲਬ ਨਹੀਂ ਪਤਾ ਕਿ ਐਂਕਰਿੰਗ ਕੀ ਹੁੰਦੀ ਹੈ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਸਟੇਜ ਤੇ ਹੋ ਤਾਂ ਤੁਹਾਨੂੰ ਤੁਸੀਂ ਲੋਕਾਂ ਨੂੰ ਬੰਨ ਕੇ ਰੱਖਣਾ ਹੈ, ਤੇ ਉਹ ਕਿੱਦਾਂ ਬੰਨ ਕੇ ਰੱਖਦੇ ਹੋ ਤੁਹਾਡੇ ਉੱਪਰ ਆ ਜੀ ਕਿ ਕਿਸੇ ਜੀ ਨੂੰ ਕੋਈ ਸ਼ੇਅਰ ਬੋਲ ਕੇ ਕਰ ਲੈਂਦਾ, ਬਟ ਮੈਨੂੰ ਸ਼ੇਅਰ ਜ਼ਿਆਦਾ ਯਾਦ ਨਹੀਂ ਹੁੰਦੇ, ਮੈਨੂੰ ਤੇ ਕਈ ਵਾਰ ਸ਼ੇਅਰ ਸਮਝ ਹੀ ਨਹੀਂ ਆਉਂਦੇ ਹੈਗੇ ਮੇਰੇ ਉੱਪਰੋਂ ਨਿਕਲ ਜਾਂਦੇ ਆ ਕਈ ਵਾਰ। ਹਾਂ ਤੇ ਮੈਂ ਜ਼ਿਆਦਾ ਮੈਨੂੰ ਗੱਲਾਂ ਬਾਤਾਂ ਕਰਨੀਆਂ ਆਉਂਦੀਆਂ, ਮੈਂ ਉਹ ਚ ਮੈਨੂੰ ਜ਼ਿਆਦਾ ਵਧੀਆ ਲੱਗਦਾ, ਤੇ ਐਂਕਰਿੰਗ ਵੀ ਕਰ ਲੈਂਦੀ ਹਾਂ ਮੈਂ ਜੀ। ਹਾਂਜੀ ਸੋ ਗੱਲ ਸ਼ੇਰੋ ਸ਼ਾਇਰੀ ਦੀ ਚੱਲ ਰਹੀ ਹੈ ਮੰਨਤ ਜੀ, ਤੇ ਤੁਹਾਡੇ ਹਸਬੈਂਡ ਵੀ ਜਿਹੜੇ ਹੈਗੇ ਉਹ ਵੀ ਰਾਈਟਰ ਹੈ। ਹਾਏ ਹਾਏ ਉਹ ਸ਼ੇਅਰ ਲਿਖਦੇ ਆ ਕਈ ਵਾਰੀ ਮੈਨੂੰ ਸੁਣਾਓਗੇ ਤੇ ਮੈਂ ਉਹਨਾਂ ਦਾ ਮੂੰਹ ਹੀ ਦੇਖਦੀ ਰਹਿੰਦੀ ਕਿਉਂਕਿ ਮੈਨੂੰ ਸਮਝ ਨਹੀਂ ਲੱਗਦੀ ਹੈਗੀ, ਤੇ ਉਹ ਮੈਨੂੰ ਕਹੋਗੇ ਮੈਂ ਗਲਤ ਪਾਸੇ ਵਿਆਹ ਕਰਾ ਲਿਆ। ਅੱਛਾ ਜੀ। ਹੋਰ ਕੁੜੀ ਨਾਲ ਵਿਆਹ ਕਰਾਉਂਦਾ, ਉਹ ਇਹ ਤੇ ਕਹਿੰਦੀ ਵਾਹ 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 ਵਾਹ, ਮੈਂ ਕਿਹਾ ਵਾਹ ਵਾਹ ਤੇ ਮੈਂ ਵੀ ਕਰ ਸਕਦੀ ਹਾਂ, ਵਾਹ 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 ਤੇ ਮੈਂ ਕਰ ਦੂੰਗੀ, ਬਟ ਇਹਦਾ ਮਤਲਬ ਤੇ ਪਤਾ ਲੱਗੇ ਮੈਨੂੰ ਕਈ ਵਾਰ ਮਤਲਬ ਨੀ ਸਮਝ ਆਉਂਦਾ, ਉਪਰੋਂ ਦਾ ਨੀ ਨਿਕਲ ਜਾਂਦਾ, ਪਤਾ ਨੀ ਔਖੇ ਔਖੇ ਜਿਹੇ ਲਫ਼ਜ਼ ਹੁੰਦੇ ਥੋੜੇ ਉਰਦੂ ਵਾਲੇ ਜੀ, ਤੇ ਮੈਂ ਕਹਾਂ ਤੁਹਾਨੂੰ ਸੁਣ ਕੇ ਤਾਂ ਫਿਰ ਕਦੇ ਕਦੇ ਵਧੀਆ ਲੱਗਦਾ ਹੀ ਹੋਊਗਾ ਜੋ ਤੁਹਾਡੀ ਤਾਰੀਫ ਹੁੰਦੀ ਹੋਏਗੀ। ਉਹ ਕਈ ਵਾਰੀ ਜਦੋਂ ਬੋਲਦਾ ਉਹਦੇ ਬੋਲਣ ਦੇ ਅੰਦਾਜ਼ ਤੇ ਮੈਨੂੰ ਵਧੀਆ ਲੱਗਦਾ, ਉਹ ਵਧੀਆ ਜਿਹਾ ਸੋਹਣਾ ਲੱਗਦਾ ਹੁੰਦਾ ਜਦੋਂ ਬੋਲਦਾ ਮੈਨੂੰ, ਤਾਂ ਮੈਨੂੰ ਵਧੀਆ ਲੱਗਦਾ, ਅਦਰਵਾਈਜ਼ ਮੈਨੂੰ ਕਦੀ ਕਦੀ ਜਿਵੇਂ ਕਈ ਕਈ ਸ਼ੇਅਰ ਵਧੀਆ ਸਿੰਪਲ ਸਿੰਪਲ ਜਿਹੇ ਵੀ ਬੋਲਦਾ ਮੈਂ ਕਹਿੰਦੀ ਵਾਹ ਕਿਆ ਬਾਤ ਹੈ, ਬਟ ਮੈਂ ਜ਼ਿਆਦਾ ਉਹ ਨਹੀਂ ਕਿ ਮੈਨੂੰ ਜ਼ਿਆਦਾ ਸ਼ੇਅਰ ਵਧੀਆ ਨਹੀਂ ਲੱਗਦਾ, ਮਤਲਬ ਵਧੀਆ ਸੋਰੀ ਵਧੀਆ ਨਹੀਂ ਕੀ ਕਵਾਂ ਹੁਣ ਇਹਨੂੰ, ਮਤਲਬ ਮੈਨੂੰ ਸਮਝ ਘੱਟ ਲੱਗਦੀ ਹੈ, ਮੈਨੂੰ ਇਸ ਚੀਜ਼ ਦੀ ਘੱਟ ਸਮਝ ਆ ਜੀ, ਜੇ ਮੈਨੂੰ ਚੁਟਕਲਾ ਸੁਣਾਵੇ ਮੈਂ ਉਹ 'ਚ ਬੜਾ ਹੱਸਦੀ ਹਾਂ, ਮੈਨੂੰ ਮਜ਼ਾ ਆਉਂਦਾ ਹੈ ਨਾ, ਉਹ ਮੇਰੇ ਨਾਲ ਗੱਪਾਂ ਮਾਰੇ ਮੈਨੂੰ ਵਧੀਆ ਲੱਗਦਾ, ਬਟ ਉਹ ਜਦੋਂ ਥੋੜਾ ਜਿਹਾ ਸੀਰੀਅਸ ਹੁੰਦਾ ਤੇ ਮੈਨੂੰ ਇਦਾਂ ਲੱਗਦਾ ਉਹ ਹੋ ਇਹ ਹੁਣ ਇਹਨੇ ਸ਼ੇਅਰ ਸੁਣਾਉਣ ਲੱਗ ਪੈਣਾ ਤੇ ਮੈਨੂੰ ਸਮਝ ਨਹੀਂ ਆਉਣੀ ਹੈ ਜੀ ਜੀ। ਅਗਲੀ ਵਾਰੀ ਫਿਰ ਅਸੀਂ ਉਹਨਾਂ ਨੂੰ ਵੀ ਔਨ 에ਅਰ ਲਵਾਂਗੇ ਜੀ, ਤੇ ਉਹਨਾਂ ਨੂੰ ਵੀ ਅਸੀਂ ਫਿਰ ਪੁੱਛਾਂਗੇ, ਲੈ ਲਿਓ ਕੁਝ ਸ਼ੇਅਰ ਸੁਣ ਲਿਓ ਜਿੰਨੇ ਸੁਣੇ ਜੀ ਜੀ ਜੀ। ਤੇ ਮੈਡਮ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਸਰ ਇੰਡਸਟਰੀ ਦੇ ਬਾਰੇ ਹੀ, ਤੇ ਇੰਡਸਟਰੀ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ, ਤੇ ਖਾਸ ਕਰਕੇ ਆਪਾਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਕਾਮੇਡੀ ਹੈ ਉਹ ਕਾਫੀ ਭਾਰੀ ਰਹਿੰਦੀ ਹੈ, ਕਿਉਂਕਿ ਪੰਜਾਬੀਆਂ ਦਾ ਕਾਮੇਡੀ ਦੇ ਵਿੱਚ ਪੂਰੀ ਦੁਨੀਆ 'ਚ ਨਾਮ ਹੈ, ਸੋ ਪੰਜਾਬੀ ਐਜ਼ ਅ ਕਾਮੇਡੀਅਨ ਤਾਂ ਬਹੁਤ ਵਧੀਆ ਐਸਟੈਬਲਿਸ਼ਡ ਨੇ, ਪਰ ਤੁਹਾਨੂੰ ਨਹੀਂ ਲੱਗਦਾ ਕਿਤੇ ਕਿਤੇ ਅਸੀਂ ਵੀ ਸੀਰੀਅਸ ਮੁੱਦਿਆਂ ਤੋਂ ਥੋੜ੍ਹਾ ਜਿਹਾ ਪਿੱਛੇ ਰਹਿ ਜਾਂਦੇ ਹਾਂ ਤੇ ਜ਼ਿਆਦਾ ਅਸੀਂ ਕਾਮੇਡੀ ਦੇ ਉੱਤੇ ਫੋਕਸਡ ਹੁੰਦਾ ਸਾਡਾ ਪੰਜਾਬੀ ਫਿਲਮਾਂ ਦਾ? ਹੁਣ ਇਹ ਤਾਂ ਆਡੀਅੰਸ ਨੂੰ ਪੁੱਛੋ ਨਾ ਤੁਸੀਂ, ਆਡੀਅੰਸ ਹੀ ਕਾਮੇਡੀ ਫਿਲਮਾਂ ਪਸੰਦ ਕਰਦੀ ਆ, ਜਦੋਂ ਕੋਈ ਸੀਰੀਅਸ ਮੁੱਦੇ ਤੇ ਫਿਲਮ ਆਉਂਦੀ ਹੈ ਫਿਲਮਾਂ ਨਹੀਂ ਚੱਲਦੀਆਂ, ਪ੍ਰੋਡਿਊਸਰ ਡੁੱਬ ਜਾਂਦੇ ਵਿਚਾਰੇ, ਐਕਟਰ ਤੇ ਕਰਦੇ ਹੀ ਆ ਕੰਮ, ਕਾਫੀ ਸਾਰੀਆਂ ਫਿਲਮਾਂ ਐਸੀਆਂ ਆਈਆਂ ਜਿਹੜੀਆਂ ਮੁੱਦਿਆਂ ਦੇ ਉੱਪਰ ਵੀ ਬਣੀਆਂ ਲੇਕਿਨ ਉਹ ਚੱਲੀਆਂ ਹੀ ਨਹੀਂ, ਫਿਰ ਜਿਹੜਾ ਪ੍ਰੋਡਿਊਸਰ ਬੰਦਾ ਉਹਨੂੰ ਫਿਰ ਉਹਨੂੰ ਵੀ ਲੱਗਦਾ ਜੇ ਮੈਂ ਕੁਛ ਕਮਾਇਆ ਨਹੀਂ ਫਿਰ ਫਾਇਦਾ ਕੀ, ਫਿਰ ਉਹਨੂੰ ਲੱਗਦਾ ਕਿ ਕਾਮੇਡੀ ਚੱਲਦੀ ਹੈ ਚਲੋ ਜੀ ਕਾਮੇਡੀ ਫਿਲਮ ਬਣਾ ਦਿਉ, ਤੇ ਆਡੀਅੰਸ ਹੁਣ ਨਹੀਂ, ਹੁਣ ਤਾਂ ਕਾਫੀ ਫਰਕ ਆ ਗਿਆ, ਹੁਣ ਤੇ ਕਾਫੀ ਅੱਛੀ ਅੱਛੀਆਂ ਫਿਲਮਾਂ ਆਈਆਂ, ਕਿਸਮਤ ਫਿਲਮ ਬਹੁਤ ਵਧੀਆ ਸੀਗੀ ਜੀ, ਬਿਲਕੁਲ ਅਰਦਾਸ ਕਰਾਂ ਬਹੁਤ ਵਧੀਆ ਸੀਗੀ, ਕਾਫੀ ਸਾਰੀਆਂ ਫਿਲਮਾਂ ਬਹੁਤ ਹੀ ਵਧੀਆ, ਹੁਣ ਤੇ ਅੱਛੇ ਅੱਛੀਆਂ ਮੂਵੀਜ਼ ਆ ਰਹੀਆਂ ਵਾ, ਹੁਣ ਤੇ ਕਾਫੀ ਅੱਛਾ ਕੰਮ ਹੋ ਰਿਹਾ, ਵਿੱਚ ਉਹ ਜੇ ਆਇਆ ਸੀ ਕਿ ਸਾਰੀਆਂ ਕਾਮੇਡੀ, ਕਈ ਵਾਰੀ ਇਹਦੇ ਨਹੀਂ ਸੀ ਪਤਾ ਲੱਗਦਾ ਕਿ ਭੱਲਾ ਸਾਹਿਬ ਨੇ ਆਹੇ ਇਹ ਕਿਹੜੀ ਫਿਲਮ ਹੈ, ਇਹ ਫਲਾਨੀ ਫਿਲਮ ਹੈ, ਮਤਲਬ ਪਤਾ ਨਹੀਂ ਸੀ ਲੱਗਦਾ ਕਿ ਇਹ ਕਿਹੜੀ ਫਿਲਮ ਚ ਹੈਗੀ ਆ, ਕਿਉਂਕਿ ਇੰਨਾ ਜ਼ਿਆਦਾ ਉਹਨਾਂ ਨੇ ਬੀਨੂ ਢਿੱਲੋਂ ਭੱਲਾ ਸਾਹਿਬ ਹਰ ਫਿਲਮ ਚ ਹੀ ਹੁੰਦੇ ਸੀਗੇ, ਤੇ ਸਮਝ ਨਹੀਂ ਲੱਗਦਾ ਕਿਹੜੀ ਫਿਲਮ ਹੈ, ਤੇ ਹੁਣ ਤਾਂ ਕਾਫੀ ਕਾਫੀ ਚੇਂਜ ਆਇਆ ਹੁਣ ਫਿਲਮਾਂ ਦੇ ਵਿੱਚ, ਮਤਲਬ ਲੋਕਾਂ ਨੂੰ ਪਸੰਦ ਆਈਆਂ ਹੁਣ ਕਿਸਮਤ ਅਰਦਾਸ ਕਰਾਂ ਫਿਲਮਾਂ, ਤੇ ਉਸ ਤੋਂ ਬਾਅਦ ਤਾਂ ਅੱਛੀਆਂ ਫਿਲਮਾਂ ਬਣੀਆਂ, ਹੁਣ ਲੋਕਡਾਊਨ ਕਰਕੇ ਸਾਰੀਆਂ ਫਿਲਮਾਂ ਵਿਚਾਰੀਆਂ, ਹੁਣ ਊੜਾ ਅੜਾ ਫਿਲਮ ਕਿੰਨੀ ਸੋਹਣੀਆਂ, ਕਿੰਨੀ ਵਧੀਆ ਮੁੱਦਾ ਸੀਗਾ ਉਹ, ਇੰਨਾ ਅੱਛਾ ਮੁੱਦਾ ਊੜਾ ਅੜਾ ਆਪਣੀ ਪੰਜਾਬੀ ਬੋਲੀ ਦੇ ਉੱਪਰ, ਕਿੰਨੀ ਵਧੀਆ, ਇੱਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਔਰ ਲੋਕਾਂ ਨੂੰ ਪਸੰਦ ਵੀ ਆਉਂਦੀਆਂ ਨਾ, ਕਿਉਂਕਿ ਉਹ ਬੜੀ ਹਲਕੀ ਫੁਲਕੀ ਜਿਹੀ ਫਿਲਮ ਦੇ ਵਿੱਚ ਬਹੁਤ ਵੱਡਾ ਮੈਸੇਜ ਸੀਗਾ, ਔਰ ਲੌਂਗ ਲਾਚੀ ਕਿੰਨੀ ਸੋਹਣੀ ਫਿਲਮ ਸੀਗੀ, ਵਧੀਆ ਫਿਲਮਾਂ ਹੈਗੀਆਂ ਸਾਰੀਆਂ ਹੁਣ ਤਕਰੀਬਨ, ਕਿੰਨੀਆਂ ਸੁਰਖੀ ਬਿੰਦੀ, ਮੈਂ ਹੁਣ ਥੋੜੇ ਦਿਨ ਪਹਿਲਾਂ ਹੀ ਦੇਖੀ ਸੁਰਖੀ ਬਿੰਦੀ, ਇੰਨੀ ਪਿਆਰੀ ਫਿਲਮ ਜੀ, ਮੈਂ ਵੀ ਦੇਖੀ ਉਸ ਵਿੱਚ, ਕਾਲਾ ਸ਼ਾਹ ਕਾਲਾ, ਬਹੁਤ ਸੋਹਣੀਆਂ ਫਿਲਮਾਂ ਬਣੀਆਂ ਹੁਣ ਤੇ ਕਾਫੀ ਸਾਰੀਆਂ, ਮਤਲਬ ਮੈਨੂੰ ਵੀ ਹੁਣ, ਮੈਂ ਲੋਕਡਾਊਨ ਚ ਸਾਰੀਆਂ ਜ਼ਿਆਦਾ ਫਿਲਮਾਂ ਦੇਖੀਆਂ, ਬਹੁਤ ਵਧੀਆ ਫਿਲਮਾਂ ਬਣੀਆਂ ਹੁਣ ਤੇ। ਜੇ ਤੁਸੀਂ ਫਿਲਮਾਂ ਦੀ ਗੱਲ ਕੀਤੀ ਹੈ ਮੰਨਤ ਜੀ, ਤਾਂ ਮੈਂ ਕਹਾਂ ਕਿ ਤੁਹਾਡਾ ਆਪਣਾ ਕੋਈ ਫੇਵਰੇਟ ਡਾਇਲੋਗ ਹੀ ਸਾਨੂੰ ਬੋਲ ਕੇ ਦਿਖਾ ਦਿਓ। ਮੈਨੂੰ ਫਿਲਮਾਂ ਵਾਲੇ ਡਾਇਲੋਗ ਨਹੀਂ ਯਾਦ ਹੈਗੇ ਮੈਂ, ਕਿਉਂਕਿ ਕੀ ਹੁੰਦਾ ਕਿ ਉਸ ਜਦੋਂ ਆਪਾਂ ਸ਼ੂਟਿੰਗ ਤੇ ਜਾਈਦਾ, ਉਸ ਕਹਿੰਦੇ ਆਹ ਡਾਇਲੋਗ ਹੈ ਜੀ, ਅਸੀਂ ਉਸ ਵੇਲੇ ਯਾਦ ਕਰਕੇ ਬੋਲ ਦਿੱਤੇ, ਜ਼ਿਆਦਾ ਜਿਹੜੇ ਡਾਇਲੋਗ ਯਾਦ ਰਹਿੰਦੇ ਥੀਏਟਰ ਵਾਲੇ ਡਾਇਲੋਗ ਯਾਦ ਰਹਿੰਦੇ ਜੀ, ਕਿਉਂਕਿ ਉਹ ਮਹੀਨਾ ਮਹੀਨਾ ਦੋ ਦੋ ਮਹੀਨੇ ਰਿਹਰਸਲ ਕੀਤੀਆਂ ਹੁੰਦੀਆਂ, ਤੇ ਉਹ ਐਂਡ ਕਾਫੀ ਟਾਈਮ ਤੱਕ ਹਲੇ ਵੀ ਯਾਦ ਹੈਗੇ ਕਾਫੀ ਸਾਰੇ। ਮੈਂ ਇੱਕ ਪਲੇ ਕੀਤਾ ਸੀ ਸਾਵੀ,
जी बहुत सोना प्ले है जी। और ओ च बोली भी थोड़ी अलग है, झांगी बोली हाँ जी हाँ जी पाकिस्तान दी बोली है। बिल्कुल ते जी ओ जो रिहर्सल कीतियां सी एक एक महीना लगा के, ते बीड़ियां पीणियां भी सीखियां सी उदो, क्योंकि ओ अच्छा जी गुजरां दे उपर सीगा सारा जी बिल्कुल जी बैठना, उन्हां दा उठना, गलबात करनी, ओ किद्दां बोलदे आ, ओ सारा बिल्कुल कुछ जी सीखिया सीगा। ओ अज तक ओ दिमाग दे विच ही फस गया होया, मैनूं लगदा कि शायद मैं अगले जन्म च वी ओ डायलॉग याद होना मैनूं। जी ओ सी कैरेक्टर दा नाम सी मालो, ते मैं बोलदी आ शायद मैनूं पूरा याद है कि नहीं। जी जी मालो मालो गुजरी आंदे ने मिकू सबे, सखियां ते सके सरबंधी चंबे दी राणी आखसन मिकू, ते वैरना वैरना मेंडिया मिकू बेले नी सरपणी आखसन सरपणी, पर तैं कौन है जनौर जिया, इत्थां की करदे बेसरमा रावी कंडे, चल दफा हो। ते मेंडे ते ना चल सी तेंडा टूना, ओ मेंड पाई है ना सावल सावल गुजर, ओदे कन्नी कंसो पुजियो ना डकरे कर छोड़ सी डकरे, तेंडे भी ते मेंडे भी मरना कोने मीकू, चल पज इथो। ए डायलॉग गया जी बहुत ही खुश, पता नहीं की समझ आया कि नहीं जी। नहीं मेनू तो लगभग तकरीबन सारा समझ आ गया जी जी, बाकी मैं प्ले भी देखा हुआ है, ते बहुत ही सोहना बोलिया जी, ऐदा लग रहा है जिवें तुसीं स्टेज दे उत्ते खड़े ही बोल रहे हो। हाँ जी ओ देखा ना याद रहिंदा ना, बिल्कुल जी, मेहनत कीतियां इहदे उपर जी जी जी, ते तीन तीन चार चार महीने लगे रही था, पहले बोली सीखनी, फिर उन्हों का बैठन उठन का स्टाइल सीखना, क्योंकि वो गुजर बखन बनाए सीगे, ते उन्हों के कपड़े, उन्हों की ज्वैलरी इन्नी इन्नी चांदी की वड्डी वड्डी ज्वैलरी और बीड़ी पिंदियां सारिया जी ਉਹ ਕਾਫੀ ਟਾਈਮ ਲੱਗ ਗਿਆ ਸੀਗਾ ਜੀ, ਇਸ ਕਰਕੇ ਯਾਦ ਆ ਉਹ ਪੂਰਾ। ਬਿਲਕੁਲ ਜੀ, ਮੈਸੇਜ ਵੀ ਬਹੁਤ ਸੋਹਣਾ ਇਸ ਪਲੇ ਦੀ ਜੇ ਆਪਾਂ ਗੱਲ ਕਰੀਏ ਤਾਂ। ਹਾਂਜੀ 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 ਜੀ ਜੀ, ਤੇ ਇਸ ਦੌਰਾਨ ਆਪਾਂ ਤੁਹਾਡੇ ਹਰ ਤਰ੍ਹਾਂ ਦੀ ਜਿਹੜੀ ਪ੍ਰੋਡਕਸ਼ਨਸ ਆ ਉਹਨਾਂ ਬਾਰੇ ਗੱਲ ਕਰ ਰਹੇ ਹਾਂਗੇ, ਪਰ ਜੇ ਆਪਾਂ ਮੰਨਤ ਸਿੰਘ ਦੀ ਪਰਸਨਲ ਜਿਹੜੀ ਆ ਫੀਲਿੰਗ ਦੀ ਗੱਲ ਕਰੀਏ ਤਾਂ ਕਿਹੜੀ ਪ੍ਰੋਡਕਸ਼ਨ ਜਾਂ ਕਿਹੜੀ ਪ੍ਰੋਡਕਸ਼ਨ ਟੀਮ ਤੁਹਾਡੀ ਫੇਵਰੇਟ ਹੈ, ਅਤੇ ਕਦੋਂ ਤੁਸੀਂ ਕਹਿੰਦੇ ਹੋ ਕਿ ਹਾਂ ਉਸ ਫਿਲਮ ਦੇ ਲਈ ਤਾਂ ਮੈਨੂੰ ਕੰਮ ਕਰਨ ਦਾ ਸਭ ਤੋਂ ਵੱਧ ਮਜ਼ਾ ਆਇਆ ਸੀਗਾ? ਐਕਚੁਅਲੀ ਕਿ ਮੈਂ ਇੱਦਾਂ ਨਹੀਂ ਕਹਿ ਸਕਦੇ ਕਿ ਫਲਾਨਾ ਵਧੀਆ ਜਾਂ ਫਲਾਨਾ ਵਧੀਆ, ਮਤਲਬ ਮੈਨੂੰ ਐਜ਼ ਅ ਡਾਇਰੈਕਟਰ ਪੰਜਾਬੀ 'ਚ ਮੈਂ ਹੁਣ ਜਿੰਨਾ ਕੁ ਨਾ ਵੀ ਕੰਮ ਕੀਤਾ, ਮੈਨੂੰ ਸਮੀਪ ਕੰਗ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ। ਸ਼ਤੀਸ਼ ਚੌਧਰੀ ਉਹਨਾਂ ਦੀਆਂ ਉੱਦਾਂ ਦੀ ਫਿਲਮ ਮੈਂ ਕੀਤੀ ਸੀ, ਮੈਂ ਤੇਰੀ ਤੂੰ ਮੇਰਾ, ਉਹ ਵੀ ਬਹੁਤ ਸੋਹਣਾ। ਹੁਣ ਜਿਹੜੀਆਂ ਹੁਣ ਦੋ ਚਾਰ ਫਿਲਮਾਂ ਕੀਤੀਆਂ ਉਹਦੇ ਵਿੱਚ ਨਵੇਂ ਡਾਇਰੈਕਟਰਸ ਹੈਗੇ ਆ, ਔਰ ਉਹ ਵੀ ਬਹੁਤ ਵਧੀਆ, ਮਤਲਬ ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕਰਵਾਇਆ। ਇੱਕ ਮੈਂ ਹੁਣ ਹਿੰਦੀ ਮੂਵੀ ਕਰਕੇ ਆਈ ਹਾਂ ਨਰਕਾਸੁਰ, ਉਹਦੇ ਵਿੱਚ ਵੀ ਕੁਲਦੀਪ ਕੌਸ਼ਿਕ ਨੇ ਡਾਇਰੈਕਟਰ, ਉਹਨਾਂ ਨੇ ਵੀ ਮਤਲਬ ਕਿਉਂਕਿ ਨਵੇਂ ਜਿਹੜੇ ਆ ਰਹੇ ਨਾ ਉਹ ਥੋੜੇ ਹੋਰ ਟੈਕਨੀਕਲੀ ਬੜੇ ਸਟਰੋਂਗ ਆ ਉਹ, ਤੇ ਤੁਹਾਨੂੰ ਹੋਰ ਕੰਮ ਕਰਨ ਦਾ ਕਰਨਾ ਮਜ਼ਾ ਆਉਂਦਾ, ਕਿਉਂਕਿ ਅਸੀਂ ਜਦੋਂ ਤੇ ਜਦੋਂ ਅਸੀਂ ਗਾਣੇ ਕਰਦੇ ਸੀ ਨਾ ਉਦੋਂ ਅਸੀਂ ਤਾਂ ਬਹੁਤ ਹੀ ਛੋਟੇ ਛੋਟੇ ਬਜਟ ਹੁੰਦੇ ਸੀਗੇ, ਮੇਕਅਪ ਵੈਨਸ ਵੀ ਨਹੀਂ ਸੀ ਹੁੰਦੀਆਂ, ਅਸੀਂ ਤਾਂ ਜਿੱਥੇ ਮਰਜ਼ੀ ਕੁਰਸੀ ਡਾ ਦਿੰਦੇ ਸੀ, ਮੇਕਅਪ ਕਰਵਾ ਲਓ ਜੀ, ਚਲੋ 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 ਛੇਤੀ 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 ਆ ਜਾਓ ਇੱਥੇ ਖੜੇ ਹੋ ਜਾਓ। ਹੁਣ ਉਸ ਤਰ੍ਹਾਂ ਦਾ ਕੰਮ ਨਹੀਂ ਹੁੰਦਾ, ਹੁਣ ਬਹੁਤ ਵਧੀਆ ਤਰੀਕੇ ਨਾਲ ਕੰਮ ਹੁੰਦਾ, ਪ੍ਰੋਫੈਸ਼ਨਲੀ ਤੁਹਾਨੂੰ ਪ੍ਰੋਪਰ ਮੇਕਅਪ ਵੈਨ ਮਿਲਦੀ ਆ, ਮੇਕਅਪ ਵਾਲਾ ਮਿਲਦਾ, ਤੁਹਾਨੂੰ ਸਪੋਟ ਮਿਲਦਾ, ਤੁਹਾਨੂੰ ਪ੍ਰੋਪਰ ਟ੍ਰੀਟਮੈਂਟ ਮਿਲਦਾ ਜਦੋਂ ਤੁਸੀਂ ਕੰਮ ਕਰਦੇ ਹੋ, ਤੇ ਹੋਰ ਕੰਮ ਕਰਨ ਦਾ ਮਜ਼ਾ ਆਉਂਦਾ, ਔਰ ਟੈਕਨੀਕਲੀ ਬੜੇ ਸਟਰੋਂਗ ਹੁੰਦੇ ਆ। ਤੇ ਹੁਣ ਅੱਜ ਕੱਲ ਦੇ ਜਿੰਨੇ ਵੀ ਡਾਇਰੈਕਟਰ ਇਹਦਾ ਜਿਨ੍ਹਾਂ ਨਾਲ ਵੀ ਮੈਂ ਕੰਮ ਕੀਤਾ ਸਾਰੇ ਬਹੁਤ ਹੀ ਵਧੀਆ ਹੈਗੇ, ਔਰ ਮਤਲਬ ਏਦਾਂ ਨਹੀਂ ਕਹਿ ਸਕਦੇ ਕਿ ਉਹ ਵਧੀਆ ਜਾਂ ਉਹ ਨਹੀਂ ਵਧੀਆ ਹੈਗਾ, ਸਾਰੇ ਹੀ, ਕਿਉਂਕਿ ਇੰਨਾ ਜ਼ਿਆਦਾ ਕੰਮ ਹੋ ਰਿਹਾ ਨਾ, ਤੇ ਉਹਨਾਂ ਹੋਰ ਤੁਹਾਨੂੰ ਟੈਕਨੀਕਲੀ ਬਹੁਤ ਵਧੀਆ ਮਤਲਬ ਸਟਰੋਂਗ ਹੋ ਰਹੇ ਹੋ ਤੁਸੀਂ, ਤੇ ਇਹ ਬੜੀ ਅੱਛੀ ਗੱਲ ਆ, ਇਹਦੇ ਨਾਲ ਸਾਡੀ ਇੰਡਸਟਰੀ ਦਾ ਬਹੁਤ ਅੱਛਾ ਨਾਮ ਹੋ ਗਿਆ ਸਾਰੇ ਪਾਸੇ। ਜੀ ਬਿਲਕੁਲ ਜੀ, ਹਾਂਜੀ ਜੀ, ਅਤੇ ਇੰਡਸਟਰੀ ਦੀ ਆਪਾਂ ਪੰਜਾਬੀ ਦੀ ਤਾਂ ਗੱਲ ਹੀ ਕਰ ਰਹੇ ਹਾਂ, ਸੋ ਇਸ ਦੇ ਨਾਲ ਤੁਸੀਂ ਥੋੜ੍ਹਾ ਬਹੁਤ ਜਿਹੜਾ ਹਿੰਦੀ ਦੇ ਵਿੱਚ ਵੀ ਕੰਮ ਕੀਤਾ, ਜਿਵੇਂ ਪਹਿਲਾਂ ਤੁਸੀਂ ਇੱਕ ਫਿਲਮ ਦੀ ਤਾਂ ਗੱਲ ਹੀ ਕੀਤੀ ਸੀ, ਅਸੀਂ ਉਸ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ, ਅਤੇ ਇਸ ਤੋਂ ਇਲਾਵਾ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਹਿੰਦੀ ਤੋਂ ਬਾਹਰ ਜਿਹੜਾ ਬਾਕੀ ਇੰਡਸਟਰੀ ਹੈ ਉੱਧਰ ਵੀ ਪੈਰ ਰੱਖਿਆ ਸੀਗਾ, ਸੋ ਉਹ ਤਜਰਬੇ ਕਿਵੇਂ ਦੇ ਰਹੇ ਸੀ ਸਾਰੇ? ਮਤਲਬ ਮਤਲਬ ਐਕਟਰ ਨੂੰ ਕੀ ਹੁੰਦਾ ਕਿ ਜਿੱਥੇ ਉਹਨੂੰ ਕੰਮ ਕਰਨ ਦਾ ਮੌਕਾ ਮਿਲੇ, ਅਸੀਂ ਤਾਂ ਭੁੱਖੇ ਹਾਂ ਕੰਮ ਦੇ, ਹੈ ਨਾ, ਜਿੱਥੇ ਵੀ ਕੰਮ ਮਿਲ ਜੇ ਕਰਨਾ ਚਾਹੀਦਾ ਵਾ, ਚਾਹੇ ਉਸ ਕਿਹੜੀ ਵੀ ਇੰਡਸਟਰੀ ਹੈਗੀ ਆ, ਕਿਉਂਕਿ ਤੁਹਾਨੂੰ ਤੁਹਾਡੀ ਜੋ ਤੁਸੀਂ
ਟੈਲੈਂਟ ਹੈ ਉਹਨੂੰ ਕਿੱਦਾਂ ਕੱਢੂਗੇ ਬਾਹਰ, ਤੇ ਉਹਦੇ ਲਈ ਜੇ ਤੁਸੀਂ ਫ੍ਰੀ ਬੈਠੇ ਹੋ ਤੁਹਾਨੂੰ ਕੋਈ ਫੋਨ ਆ ਗਿਆ ਕਿ ਇੱਦਾਂ ਕਰ ਲੂ, ਸਾਨੂੰ ਤਾਂ ਚਾਅ ਚੜ ਜਾਂਦਾ ਕਿ ਚਲੋ ਵਧੀਆ ਕੰਮ ਕਰੀਏ, ਹਨਾ, ਕਿਉਂਕਿ ਜੀ ਅੰਦਰ ਇੰਨਾ ਕੁ ਟੈਲੈਂਟ ਆਪਣੇ ਅੰਦਰ, ਇੰਨੀ ਕੁ ਐਕਟਿੰਗ ਪਾ ਦਿੱਤੀ ਕਿ ਘਰੇ ਵੀ ਐਕਟਿੰਗ, ਮੈਨੂੰ ਕਈ ਵਾਰੀ ਘਰ ਦੇ ਕਹਿੰਦੇ ਨੇ ਤੂੰ ਹਰ ਗੱਲ 'ਚ ਐਕਟਿੰਗ ਕਰਦੀ ਆ, ਅੱਛਾ ਕਿ ਮੈਂ ਜੀ ਇੰਨੀ ਜ਼ਿਆਦਾ ਓਵਰ ਐਕਸਪ੍ਰੈਸਿਵ ਹੈ ਨਾ, ਛੋਟੀ ਛੋਟੀ ਗੱਲ 'ਤੇ, ਜਿਵੇਂ ਕੋਈ ਗੱਲ ਹੋਈ ਕੌਣ ਆਇਆ, ਕੋਈ ਸਿੰਪਲ ਕਹੂਗਾ ਕੌਣ ਆਇਆ, ਮੈਂ ਕਹੂੰਗੀ ਹਾਏ ਕੌਣ ਆਇਆ, ਤੇ ਉਹ ਵੀ ਤੂੰ ਡਾਇਲੌਗ ਬੋਲਦੀ ਆ, ਤੂੰ ਡਾਇਲੌਗ ਬੋਲਦੀ ਆ, ਜੀ ਤੇ ਮੈਂ ਵਧੀਆ ਕੰਮ ਕਰਦੇ ਰਹਿਣਾ ਚਾਹੀਦਾ ਤੁਸੀਂ, ਨਾਲੇ ਨਾ ਉਹਦੇ ਨਾਲ ਤੁਸੀਂ ਯੰਗ ਵੀ ਰਹਿੰਦੇ ਹੋ, ਅੰਦਰੋਂ ਵੀ ਬਿਲਕੁਲ ਬਾਹਰੋਂ ਵੀ, ਜੇ ਤੁਸੀਂ 100 ਲੋਕਾਂ ਨੂੰ ਮਿਲਦੇ ਹੋ ਤੇ ਆਪਣੇ ਵਿਚਾਰ ਅੱਗੋਂ ਪੇਸ਼ਦੇ, 100 ਗੱਲਾਂ ਸਿੱਖਦੇ ਹੋ ਸਾਹਮਣੇ ਵਾਲੇ ਤੋਂ, ਕਿਤੇ ਵੀ ਜਾਓ ਤੁਸੀਂ, ਕਿਸੇ ਦੂਸਰੇ ਪਾਸੇ ਵੀ ਜਾਓ, ਮੰਨ ਲਓ ਹੁਣ ਮੈਂ ਜਿਵੇਂ ਵਰਿੰਦਾਵਨ ਜਾ ਕੇ ਆਈ, ਉੱਥੇ ਮੇਰੀ ਸ਼ੂਟਿੰਗ ਸੀਗੀ, ਤੇ ਉੱਥੇ ਦੇ ਲੋਕਾਂ ਨੂੰ ਮੈਂ ਮਿਲੀ, ਉੱਥੇ ਦੇ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ, ਉਹਨਾਂ ਦਾ ਕਿੱਦਾਂ ਦਾ ਹੈਗਾ ਬੋਲਣਾ ਚੱਲਣਾ ਉੱਠਣਾ ਬੈਠਣਾ ਉਹਨਾਂ ਦੇ, ਕੀ ਮਤਲਬ ਮਜ਼ਾ ਆਉਂਦਾ ਨਾ, ਵਧੀਆ ਵਧੀਆ ਲੋਕਾਂ ਨਾਲ, ਮੈਂ ਇੱਕ ਹੁਣ ਅਰੁਣਾਚਲ ਪ੍ਰਦੇਸ਼ ਸ਼ੂਟਿੰਗ ਕਰਕੇ ਆਈ ਸੀ, ਉੱਥੇ ਦੇ ਲੋਕ ਕਿੱਦਾਂ ਦੇ ਆ, ਔਰ ਐਜ਼ ਜੀ ਐਨ ਐਕਟਰ ਆਪਾਂ ਬਲੈਸਡ ਹਾਂ ਕਿ ਇੰਨੀ ਜਗ੍ਹਾ ਤੇ, ਨਹੀਂ ਤੇ ਪੈਸੇ ਲਾ ਕੇ ਜਾਓ, ਪਤਾ ਨਹੀਂ ਕਦੀ ਜਾਣਾ ਸੀ ਕਿ ਨਹੀਂ ਜਾਣਾ ਸੀ, ਬਟ ਐਜ਼ ਐਨ ਐਕਟਰ ਮੈਂ ਕਿੰਨਾ ਟਰੈਵਲ ਕੀਤਾ, ਕਿੰਨੀ ਜੀ ਲੋਕਾਂ ਨੂੰ ਮਿਲੀ, ਕਿੰਨੀਆਂ ਚੀਜ਼ਾਂ ਸਿੱਖੀਆਂ ਉਹਨਾਂ ਤੋਂ, ਜੀ ਵਧੀਆ ਲੱਗਦਾ। ਉਹ ਕਹਿੰਦੇ ਨਾ ਸਿੱਖਣ ਦੀ ਤਾਂ ਕੋਈ ਉਮਰ ਨਹੀਂ ਹੁੰਦੀ। ਉਮਰ ਨਹੀਂ ਹੁੰਦੀ, ਹਾਂਜੀ ਬਿਲਕੁਲ ਜੀ। ਸੋ ਤੁਸੀਂ ਇੱਥੇ ਯੰਗ ਟੈਲੈਂਟ ਦੀ ਗੱਲ ਕੀਤੀ ਹੈ ਮਨਤ ਜੀ, ਸੋ ਕਾਫੀ ਸਾਰੇ ਯੰਗਸਟਰਸ ਨਾਲ ਵੀ ਤੁਸੀਂ ਕੰਮ ਕੀਤਾ ਹੈਗਾ, ਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਉਹਨਾਂ ਨਾਲ ਕੰਮ ਕਰਨਾ? ਬਹੁਤ ਵਧੀਆ, ਮੁੰਡੇ ਬਹੁਤ ਅੱਛਾ ਕੰਮ ਕਰ ਰਹੇ ਅੱਜ ਕੱਲ ਤੇ। ਮੈਂ ਹੁਣ ਗੁਰਨਾਮ ਭੁੱਲਰ ਨਾਲ ਫਿਲਮ ਕੀਤੀ, ਰੋਸ਼ਨ ਪ੍ਰਿੰਸ ਨਾਲ, ਮੈਨੂੰ ਰੋਸ਼ਨ ਪ੍ਰਿੰਸ ਬਹੁਤ ਵਧੀਆ ਐਕਟਰ ਲੱਗਾ, ਉਹਨੇ ਜਿਹੜਾ ਕੈਰੇਕਟਰ ਕੀਤਾ ਸੀ ਇੰਨਾ ਸੋਹਣਾ ਕੈਰੇਕਟਰ ਕੀਤਾ ਉਹਨੇ, ਇੰਨਾ ਵਧੀਆ ਸੈਟਲ ਕੰਮ ਕੀਤਾ। ਹੁਣ ਮੈਂ ਜਿਹੜੀ ਗੁਰਨਾਮ ਭੁੱਲਰ ਨਾਲ ਫਿਲਮ ਕਰਕੇ ਆਈ ਹਾਂ, ਉਹ 'ਚ ਵੀ ਬਹੁਤ ਹੀ ਵਧੀਆ ਉਹਨੇ ਮੁੰਡੇ ਨੇ ਇੰਨਾ ਸੋਹਣਾ ਕੰਮ ਕੀਤਾ, ਵਧੀਆ ਐਕਟਰ ਹੈਗੇ ਸਾਰੇ, ਬਹੁਤ ਅੱਛੇ ਆ, ਅੱਗੇ ਕੁੜੀਆਂ ਵੀ ਬਹੁਤ ਅੱਛੀਆਂ ਹਨ, ਸੋਨੂੰ ਬਾਜਵਾ ਸੀਗੀ ਉਹਦੀ ਹੀਰੋਇਨ, ਬੜੀ ਵਧੀਆ ਐਕਟਰਸ ਹੈਗੀਆਂ, ਅੱਛੀਆਂ ਵਾ, ਪ੍ਰੋਫੈਸ਼ਨਲ, ਬੋਲਡ ਐਂਡ ਗਲੈਮਰਸ ਬਿਊਟੀ, ਬਹੁਤ ਬਹੁਤ ਹੀ ਪਿਆਰੀ, ਬਹੁਤ ਹੀ ਪਿਆਰੀ ਕੁੜੀ ਆ। ਜੀ 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 ਮੈਡਮ, ਤੇ ਤੁਹਾਨੂੰ ਪਤਾ ਵੀ ਜਦੋਂ ਮੈਂ ਛੋਟਾ ਸੀਗਾ, ਮੈਂ ਉਦੋਂ ਦਾ ਮੈਂ ਤੁਹਾਨੂੰ ਦੇਖਦਾ ਆ ਰਿਹਾ, ਜਿਵੇਂ ਤੁਹਾਡੇ ਬਾਕੀ ਸਾਰੇ ਫੈਨਸ ਨੇ, ਸੋ ਇਸ ਦੌਰਾਨ ਮੇਰੇ ਦਿਲ ਦੇ ਵਿੱਚ ਇਹ ਸਵਾਲ ਜ਼ਰੂਰ ਆ ਰਿਹਾ ਕਿ ਅਸੀਂ ਤਾਂ ਛੋਟੇ ਤੋਂ ਵੱਡੇ ਹੋ ਗਏ ਤੇ ਹੁਣ ਤਾਂ ਬੁੱਢੇ ਵੀ ਲੱਗਣ ਲੱਗ ਪਏ ਹੋਵਾਂਗੇ ਮੈਨੂੰ ਲੱਗਦਾ, ਪਰ ਤੁਸੀਂ ਉਵੇਂ ਦਾ ਹੋਏ ਹੋ। ਪਤਾ ਕੀ ਹੁੰਦਾ, ਕਹਿੰਦੇ ਨੇ ਤੁਸੀਂ ਜੋ ਸੋਚਦੇ ਆ ਨਾ ਉਹੀ ਹੁੰਦਾ, ਤੁਸੀਂ ਚੰਗਾ ਸੋਚੋਗੇ ਕਿ ਮੈਂ ਜਵਾਨ ਆ, ਮੈਂ ਜਵਾਨ ਆ, ਮੈਂ ਜਵਾਨ ਆ, ਹਮੇਸ਼ਾ ਜਵਾਨ ਰਹੋਗੇ, ਜੇ ਤੁਸੀਂ ਆਪਣੇ ਦਿਮਾਗ ਚ ਗੱਲ ਪਾ ਲਈ ਕਿ ਹਾਏ ਮੈਂ ਬੁੱਢਾ ਹੋ ਗਿਆ, ਓਹੋ ਮੇਰੀ ਲੱਤਾਂ ਟੁੱਟ ਗਈਆਂ, ਹਾਏ ਹਾਏ ਮੇਰਾ ਸਿਰ ਦੁਖਦਾ, ਹਾਏ ਮੇਰਾ ਫੇਸ ਐ ਹੋ ਗਿਆ, ਜਦੋਂ ਤੁਸੀਂ ਇਹ ਸੋਚਣਾ ਬੰਦ ਕਰ ਦੋਗੇ ਤੁਸੀਂ ਜਵਾਨ ਹੀ ਰਹਿਣਾ। ਕਿਉਂਕਿ ਮੇਰੀ ਨਾ ਨਾਨੀ, ਮੈਂ ਛੋਟੀ ਸੀ, ਮੇਰੀ ਨਾਨੀ ਕਹਿੰਦੀ ਸੀ ਜੋ ਕਹਿੰਦੇ ਹੋ ਨਾ ਤੇ ਪਰਮਾਤਮਾ ਤੁਹਾਨੂੰ ਕਹਿੰਦਾ ਤਥਾਸਤੂ, ਬਿਲਕੁਲ, ਕਿ ਜੋ ਤੂੰ ਬੋਲੇਂਗੀ ਉਹੀ ਹੋਊਗਾ, ਬਟ ਉਹ ਨੀ ਪਤਾ ਕਿ ਹੁਣੇ ਹੋਊਗਾ ਤੇ 10 ਸਾਲ ਬਾਅਦ ਹੋਊਗਾ, ਬਟ ਹੋਊਗਾ ਉਹੀ। ਇਸ ਕਰਕੇ ਕਹਿੰਦੇ ਹੁੰਦੇ ਨਾ ਕਿ ਹਮੇਸ਼ਾ ਚੰਗਾ ਸੋਚੋ, ਜਿਵੇਂ ਹੁਣ ਮੇਰੀ ਨਾਨੀ ਕਹਿੰਦੀ ਸੀ ਏਦਾਂ ਨੀ ਕਹਿਣਾ ਕਿ ਖੰਡ ਖਤਮ ਹੋ ਗਈ, ਕਹੀਦਾ ਖੰਡ ਲੈ ਕੇ ਆਉਣ ਵਾਲੀ, ਖੰਡ ਲੈ ਕੇ ਆਉਣੀ ਆ, ਮੈਂ ਜਾ ਕੇ ਆਈ ਜੀ, ਹਮੇਸ਼ਾ ਕਹਿੰਦੇ ਸੀ ਪੋਜ਼ਿਟਿਵ ਬੋਲੋ, ਜਿੰਨਾ ਬਿਲਕੁਲ ਪੋਜ਼ਿਟਿਵ ਬੋਲੋਗੇ, ਜਿੰਨਾ ਪੋਜ਼ਿਟਿਵ ਸੋਚੋਗੇ, ਤੇ ਤੁਸੀਂ ਤੁਹਾਨੂੰ ਕੋਈ ਬੁੱਢਾ ਕਰ ਹੀ ਨਹੀਂ ਸਕਦਾ। ਬਿਲਕੁਲ, ਉਹ ਕਹਿੰਦੇ ਨਾ ਕਦੇ ਕੁਦਰਤ ਜਿਹੜੀ ਹੈਗੀ ਹੈ ਕਦੇ ਨਾ ਕਦੇ ਤਾਂ ਕੰਨ ਲਾ ਕੇ ਸੁਣ ਹੀ ਰਹੀ ਹੁੰਦੀ, ਸੁਣਦੀ ਹੁੰਦੀ ਹਰ ਵੇਲੇ ਕੰਨ ਲਾ ਕੇ ਸੁਣਦੀ ਹੁੰਦੀ, ਬਟ ਤੁਹਾਡਾ ਟਾਈਮ ਕਦੋਂ ਆਉਣਾ ਉਹ ਤੁਹਾਡਾ ਟਾਈਮ ਹੁੰਦਾ ਕਿ ਤੁਹਾਡਾ ਉਸ ਟਾਈਮ ਤੇ ਆਉਣਾ ਹੁੰਦਾ। ਬਿਲਕੁਲ ਜੀ, ਇਸ ਗੱਲ ਨੂੰ ਲੈ ਕੇ ਤਾਂ ਅਰਦਾਸ ਮੂਵੀ ਦੇ ਵਿੱਚ ਬਹੁਤ ਸੋਹਣਾ ਸੀਨ ਵੀ ਹੈ ਗੁਰਪ੍ਰੀਤ ਘੁੱਗੀ ਜੀ ਦਾ। ਬਿਲਕੁਲ ਜੀ, ਬਹੁਤ ਕਮਾਲ ਦਾ ਉਹਨਾਂ ਦਾ ਕੰਮ ਹੈ। ਸੋ ਇਸੇ ਦੌਰਾਨ ਆਪਾਂ ਬਹੁਤ ਸਾਰੀਆਂ ਗੱਲਾਂ ਜਿੱਥੇ ਕਰ ਰਹੇ ਹੈਗੇ, ਤੇ ਅਕਸਰ ਆਪਾਂ ਇੰਟਰਵਿਊਜ਼ ਦੇ ਵਿੱਚ ਨਾ ਇਹ ਤਾਂ ਪੁੱਛ ਲੈਂਦੇ ਵੀ ਕਿਹੜੀ ਚੀਜ਼ ਤੁਹਾਡੀ ਸਭ ਤੋਂ ਵਧੀਆ ਰਹੀ ਹੈ ਜਾਂ ਕਿਹੜੀ ਚੀਜ਼ ਸਭ ਤੋਂ ਮਾਣ ਰਹੀ ਹੈ, ਪਰ ਮੈਂ ਇਹ ਜਾਣਨਾ ਚਾਹੂੰਗਾ ਕਿ ਮੰਨਤ ਸਿੰਘ ਨੂੰ ਜੇ ਆਪਾਂ ਇਹ ਪੁੱਛੀਏ ਕਿ ਕਿਹੜੀ ਚੀਜ਼ ਦਾ ਤੁਹਾਨੂੰ ਗਿਲਾ ਰਹਿ ਗਿਆ ਕਿ ਆਹ ਚੀਜ਼ ਮੈਂ ਨਹੀਂ ਕਰ ਪਾਈ, ਜਾਂ ਆਹ ਚੀਜ਼ ਜਿਹੜੀ ਹੈਗੀ ਹੈ ਕਾਸ਼ ਇਹ ਪ੍ਰੋਜੈਕਟ ਹੋਰ ਵਧੀਆ ਹੋ ਪਾਉਂਦਾ, ਜਾਂ ਕੁਝ ਇੱਦਾਂ ਦੀ ਜਿਹੜੀ ਫੀਲਿੰਗ ਹੈ ਜਿਹੜਾ ਕੁਝ ਨਾ ਕਰਨ ਦਾ ਕੋਈ ਗਿਲਾ ਰਹਿ ਗਿਆ ਹੋਵੇ ਦਿਲ ਨੂੰ? ਕਾਫੀ ਸਾਰੀਆਂ ਚੀਜ਼ਾਂ ਹੈਗੀਆਂ। ਕਈ ਵਾਰੀ ਕੀ ਹੁੰਦਾ ਤੁਸੀਂ ਬਿਜ਼ੀ ਹੁੰਦੇ ਹੋ, ਤੁਸੀਂ ਉਸ ਟਾਈਮ ਤੇ ਉਹ ਕੰਮ ਨਹੀਂ ਕਰ ਸਕਦੇ, ਲੇਕਿਨ ਜਦੋਂ ਤੁਸੀਂ ਨਹੀਂ ਕਰਦੇ, ਤੁਸੀਂ ਉਹਦੀ ਉਸ ਟਾਈਮ ਤੇ ਕੋਈ ਹੋਰ ਕੰਮ ਕਰ ਰਹੇ ਹੁੰਦੇ, ਉਹ ਕੰਮ ਨਹੀਂ ਚੱਲਦਾ, ਲੇਕਿਨ ਜਿਹੜਾ ਤੁਸੀਂ ਛੱਡਿਆ ਹੁੰਦਾ ਉਹ
हो जाता। काफी सारे गाने भी है ऐसे, काफी जी सारे गाने भी है जिहड़े मैं उस टाइम दे उपर, मैं बिजी दूसरा काम किया सी, वो गाना नहीं किया, बट मैनू अज लगता कि काश मैं वो कर लेंदी, बट इट्स ओके। मैं इन्ना ज्यादा नहीं सोचती हुंदी, जो लिखिया मैनू मिल गया ठीक है। मैं इन्ना ज्यादा वो नैगेटिव नहीं लेंदी कि ओ हो जे मैं कर लेंदी तो पता नहीं की हो जाना सी। तो हो सकता जी मैं यही करना सी जो मैं कर रही हाँ, तो इस करके मैं ज्यादा नहीं। एक मैंने सब तो वड्डा गिला है, मैं श्रीदेवी की बहुत वड्डी फैन है, बट मैं उन्होंने मिलना चाहती सी। मैं जब मैं बॉम्बे भी आई, इत्थे मैं जिथे मैं रहनी उस तो थोड़ी दूरी उन्हों का घर सीगा, अच्छा मैं जी जी उन्होंने मेल ही नहीं पाई, वो बेचारे चले गए। तो मतलब जी ये मेरा जिंदगी का सब तो वड्डा गिला है। एक मैंने समिता पाटिल जी बहुत वधिया लगते होंगे सी, वो तो बेचारे जी पहले ही चले गए। वो मैं छोटे होंगे तो मैंने उन्होंने बहुत सोहने, पता नहीं वो मैंने सोहने बड़े लगते होंगे सी, ते उन्होंने नहीं मिल पाई। तो हुण श्रीदेवी नूं मैं चाहुंदी सी मैं मिला एक वारी। मतलब जिदा हुंदा ना कि बंदा इदा खड़ा, मैं मिलना चाहुंदी सी, बट उस टाइम दे उपर मैं उन्होंने मिल नहीं सकी। तो थोड़े दिनों बाद मैं चली गई शूटिंग, ते जदों मैनूं बाद च पता लग्गा चले गए, जी मैनूं बड़ा जी दुख लगा। जी वो मैनूं एक हैगा, बट मैनूं कोई, मैं जिंदगी च गिले बहुत घट करदी हां। मैनूं इदा लगदा कि जो हो रहा चंगा हो रहा, उन्हें जी इंजॉय करो, जो हैगा उन्हें इंजॉय करो, जो नहीं हैगा उन्हें ओदा गम ना करो। बिल्कुल जी हाँ जी, जी ये तो वैसे तो आवाज़ तो ही पता लग रहा है, जिन्ना जिंदा दिली दे नाल तुसी बोलते हो तुहाडियां बिल्कुल गल्लां ही सब दस रही ने सारी चीज़ जी थैंक यू जी। जी सो समीता पाटिल जी तुसी गल कीती, उन्होंने काफी इंटेंस दे रोल जड़े है कीते उन्होंने मूवीज दे हाँ विच। जी हाँ जी, मैं उन्होंने वारिस फिल्म देखी सी, उदो मैं भी छोटी सी। जी हाँ मैं उन्होंने वारिस फिल्म देखी सी। मैं तेन दस नहीं सकती कि मैं किन्नी बारी देखी, मैं इन्नी सोहनी लगती। मैं सोचती हाई मेरी मम्मी इन्नी सोहनी होनी, मेरी मम्मी भी बहुत सोहनी है, बट अच्छा उन्होंने जी भी देख के मैंने लगा हाई मेरी मम्मी होनी चाहिए है, मेरी हाई किन्नी सोहनी है, हाई किन्नी सोहनी। इन्ना सोहना उन्होंने रोल किया सी ना पंजाबन का। जी हाँ जी एक हुंदा जी ना मैं भी किसी एक देखी है। मराठी कुड़ी ने पंजाबों का रोल किन्ना वधिया किया, और इदां लगदा सी कि इदां किन्ना सोहना बोलदी पई। मैनूं इदां लगदा सी जदों डायलॉग बोलदे आ ना, इवन श्रीदेवी भी, मैनूं इदां लगदा कि एक जी जो भी आईज दी हरकत करदे पए आ या कुछ भी कर रहे, इन ये कुछ सिखा नहीं सकदा इन्हां नूं, ये रब वालों ही तुहानूं आया हुंदा वो एक्सप्रेशन जिहड़ा, वो जी तुहानूं परमात्मा ही दिंदा वा, वो तुहाडे उपर परमात्मा दी बख्शिश आ कि तुसी जदों स्क्रीन ते हैगे हो ते लोकी तुहानूं तरीके नाल देख रहे आ, मतलब परमात्मा ने तुहानूं उस लेवल दा बना के भेजा कि तुहानूं इन्ने लोक खड़े होके देख रहे आ। जी तुसी कई वारी बोल भी बिल्कुल नहीं रहे होंदे, कई वारी कहिंदे कोई एक्टर हुंदा जिवें कोई बोले भी नहीं लेकिन उहदा एक्सप्रेशन ही, हुण दिलीप कुमार जी देख लो तुसी, जी अज भी लोकां नूं याद, मतलब आपां भी छोटे हुंदे उदो मेरे मम्मी डैडी दे वो हीरो आ, मम्मी डैडी दे हीरो आ वो, जी ते जी आपां भी उहनां नूं करदे आ कि वाह क्या बात है ना। उहनां दी फिल्म जी देखो, एक्सप्रेशन उहनां दे देखो, कई वारी बोलदे ही नहीं ते इन्ना कुछ बोल जांदे। बिल्कुल जी, ये एक जी तो उन्होंने बिल्कुल खासियत रही है ट्रेजेडी किंग दी हाँ। जी, जेडे सानू पर कली मैनूं विदा आख बड़ी गए एक बारी खुशी, मैं थोड़े 5-7 साल दी पहलों गल है, मैं उन्होंने मतलब मैं उन्होंने मैनूं प्यार दिता। मैं होटल च ना कॉफी पीन गई सी, उत्थे सीगे सायरा बानो जी ते अच्छा जी ओ कहिंदे मतलब कोई लागे नहीं सी ज्यादा पे। मैं क्या हाई यार इन्ना वड्डा आर्टिस्ट खड़ा ते मैं दा आशीर्वाद ना लवां यार, मैं खड़ी रही उत्थे विच कदी ते उठ के इधर नु आओगे ना। तो जी कहिंदे ना कि तुसीं जो मंगो ते परमात्मा तुहानूं दिंदा आ। बिल्कुल जी ते उस वेले पता नहीं की होया, वो की गल हुई, उन्होंने कोई फोन आया, सारा बानो जी ने चुकया ते वो एकदम उठ के कहिंदे चलो चलो, बड़े प्यार करदे पए सी दलीप कुमार जी ना, बहुत इन्नी उन्होंने फड़ फड़ के लै के आंदे ने ग्रेसफुल बंदे, ते मैं जाके एकदम मत्था टेक दिता, उन्होंने मैनू सिर ते हाथ रख दिता, ते सायरा बानो जी ने भी मैनू एदम वधिया प्यार किया। ते जी इन्नी की गल हुई, बट मैनू इदा लगा कि कोई गॉड हैगा जिहड़ा उहने मैनू ब्लेस किया आ। जी ते मैं जदों चले गए ते फिर वो एक अंकल जी खड़े सी कहिंदे आप बड़े ब्लेस्ड बच्चे हो। मैंने बोला, मैं क्या, हां जी, कहिंदे दिलीप जी ने आपको ब्लेस किया है ना, अब आप देखना जिंदगी में सब जी अच्छा ही अच्छा होगा। जी तो क्या बात है। केडी वड्डी हस्ती, आपां देखा जावे कि किड्डे वड्डे एक्टर, उन्होंने किन्ना परमात्मा ने उन्होंने ब्लेस किया, ते मैं उदिया बिल्कुल जी ब्लेसिंग्स लईयां ते बड़ी वधिया लगा मैनू। हां जी 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 मैडम, तो आप बहुत विषयों के बारे गलबात कर रहे हैं, तो हूँ मेरा ख्याल आप गल थोड़ी बहुत पैसे धेले लैके भी कर लीए, क्योंकि फिल्म इंडस्ट्री अच्छा, तो दे इंटरव्यू दे पैसे लेने
ਨਹੀਂ ਨਹੀਂ ਜੀ, ਅਸੀਂ ਇੰਟਰਵਿਊ ਦੇ ਪੈਸੇ ਨਹੀਂ ਲੈਂਦੇ, ਅਸੀਂ ਮੈਂ ਕਿਹਾ ਖਰੇ ਇੰਟਰਵਿਊ ਕਰਨ ਦੇ ਪੈਸੇ ਲੈਂਦੇ ਤੇ ਮੈਂ ਬੰਦ ਕਰਾਂ। ਨਹੀਂ ਮੈਂ ਜੋ ਫਾਈਨੈਂਸ਼ੀਅਲ ਕੰਡੀਸ਼ਨਸ ਹੁੰਦੀਆਂ ਨੇ, ਕਿਉਂਕਿ ਲੋਕਡਾਊਨ ਤੋਂ ਬਾਅਦ ਜਿਹੜੇ ਆਰਟਿਸਟ ਹੈ ਉਹ ਕਾਫੀ ਜਿਹੜੀਆਂ ਪ੍ਰੋਬਲਮਸ ਜਿਹੜੇ ਸਹਾਰ ਰਹੇ ਨੇ, ਤੋ ਉਸ ਬਾਰੇ ਵੀ ਅਸੀਂ ਜਰੂਰ ਜਾਣਨਾ ਚਾਹਾਂਗੇ। ਬਹੁਤ ਜ਼ਿਆਦਾ ਪ੍ਰੋਬਲਮਸ ਆਈਆਂ ਕਿਉਂਕਿ ਕੰਮ ਨਹੀਂ ਹੈਗਾ ਤੇ ਖਰਚੇ ਜ਼ਿਆਦਾ, ਬੰਬੇ 'ਚ ਰਹਿੰਦੇ ਹੋ ਤੁਸੀਂ। ਪਰ ਕੀ ਹੁੰਦਾ, ਮੈਂ ਨਾ ਮੈਨੂੰ ਸ਼ੁਰੂ ਤੋਂ ਨਾ ਇੱਕ ਆਦਤ ਹੈਗੀ ਥੋੜ੍ਹੀ ਜਿਹੀ ਨਾ ਸੇਵਿੰਗ ਦੀ ਆਦਤ ਹੈਗੀ, ਮੈਂ ਮਿਊਚੁਅਲ ਫੰਡ 'ਚ ਸੇਵਿੰਗ ਕਰਦੀ ਹਾਂ। ਚਾਹੇ ਮੈਨੂੰ ਜੇ ਮੈਂ 1,000 ਰੁਪਇਆ ਕਮਾਇਆ ਤਾਂ ਉਹਦੇ 'ਚੋਂ ਮੈਂ 200 ਰੁਪਇਆ ਮਿਊਚੁਅਲ ਫੰਡ 'ਚ ਪਾਉਣਾ ਹੀ ਪਾਉਣਾ ਵਾ, ਚਾਹੇ ਕੁਛ ਵੀ ਹੋ ਜੇ, ਚਾਹੇ ਕੋਈ ਵੀ ਗੱਲ ਹੋ ਜਾਵੇ, ਲੇਕਿਨ ਮੈਂ ਉਹ ਥੋੜਾ ਬਹੁਤਾ ਇਨਵੈਸਟਮੈਂਟ ਕਰਦੀ ਹੀ ਰਹਿਣਾ ਆ। ਇਹ ਮੈਨੂੰ ਛੋਟੇ ਹੁੰਦੇ ਤੋਂ ਆਦਤ ਹੈਗੀ ਆ, ਤੇ ਇਸ ਕਰਕੇ ਫਿਰ ਸੇਵਿੰਗ ਯੂਜ਼ ਕੀਤੀਆਂ ਆਪਣੇ ਲੋਕਡਾਊਨ ਦੇ ਵਿੱਚ, ਕਿਉਂਕਿ ਕੰਮ ਤੇ ਮਿਲਿਆ ਨੀ। ਜਿਹਨਾਂ ਜਿਹਨਾਂ ਦਾ ਕੰਮ ਵੀ ਕੀਤਾ ਉਹਨਾਂ ਨੇ ਵੀ ਐਕਸਕਿਊਜ਼ ਦੇ ਦਿੱਤੇ ਕਿ ਪੈਸੇ ਹੀ ਹੈ ਨੀਗੇ, ਕੀ ਕਰੀਏ। ਕਹਿੰਦੇ ਨਾ ਜੀ ਅਜਿਹੇ ਟਾਈਮ ਤੇ ਫਿਰ ਸੇਵਿੰਗਸ ਕੰਮ ਆ ਜਾਂਦੀਆਂ, ਸੇਵਿੰਗਸ ਹੀ ਕੰਮ ਆਈਆਂ ਫਿਰ। ਫਿਰ ਪੁਰਾਣੀਆਂ ਸੇਵਿੰਗਸ ਜਿਹੜੀਆਂ ਕੀਤੀਆਂ ਸੀਗੀਆਂ, ਕਹਿੰਦੇ ਨਾ ਉਹ ਮਿਊਚੁਅਲ ਫੰਡ ਵਾਲੇ ਕਹਿੰਦੇ ਨਾ ਕਰਕੇ ਭੁੱਲ ਜਾਓ ਬਸ। ਅੱਛਾ ਜੀ, ਉਦੋਂ ਹੀ ਉਹਨੂੰ ਕੱਢੋ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਜੀ। ਥੋੜਾ 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 ਇਨਵੈਸਟਮੈਂਟ ਕਰਦੇ ਰਹੋ ਕਰਦੇ ਰਹੋ, ਫਿਰ ਜਦੋਂ ਤੁਸੀਂ 5-6 ਸਾਲਾਂ ਬਾਅਦ ਦੇਖੋਗੇ ਨਾ ਤੁਹਾਡਾ 2,000 ਰੁਪਇਆ ਵੀ ਮਹੀਨੇ ਦਾ ਨਿਕਲਿਆ, ਤੁਸੀਂ ਕਹਿਣਾ ਵਾਹ ਇੰਨੇ ਪੈਸੇ ਬਣ ਗਏ ਜੀ, ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕਿੰਨਾ ਪੈਸਾ ਸੇਵ ਕਰ ਲਿਆ। ਕਿਉਂਕਿ ਅਸੀਂ ਕਈ ਵਾਰੀ ਕਹਿੰਦਾ ਬਿਨਾਂ ਵਜ੍ਹਾ ਵੀ ਬਹੁਤ ਸਾਰੇ ਖਰਚੇ ਕਰਦੇ ਆ। ਜਿਵੇਂ ਹੁਣ ਮੈਨੂੰ ਲਿਪਸਟਿਕਸ ਦਾ ਬਹੁਤ ਸ਼ੌਂਕ ਆ, ਤੇ ਮੈਂ ਲਿਪਸਟਿਕ ਲੈਣ ਜਾਊਂਗੀ, ਮੈਂ ਇਹ ਨਹੀਂ ਦੇਖਦੀ ਕਿ ਮੈਂ ਲਗਾਉਣੀ ਆ ਕਿ ਨਹੀਂ, ਬਟ ਮੈਂ ਲੈਣੀ ਆ, ਮੈਨੂੰ ਆਦਤ ਹੈਗੀ ਹੈ ਕਿ ਆਹ ਵੀ ਲੈ ਲਾਂ ਆਹ ਵੀ ਲੈ ਲਾਂ, ਲਿਪਸਟਿਕਸ ਦਾ ਹੀ ਬਸ ਜ਼ਿਆਦਾ ਮੈਂ ਮੇਕਅਪ ਬਹੁਤ। ਜੀ ਮੇਰਾ ਵੀ ਜਿਹੜਾ ਹੈਗਾ ਨਾ ਥੋੜਾ ਪਰਸਨਲ ਸ਼ੌਂਕ ਏਦਾਂ ਹੀ ਹੈ, ਮੈਨੂੰ ਵੀ ਲਿਪਸਟਿਕਸ ਰੱਖਣ ਦਾ ਬਹੁਤ ਸ਼ੌਂਕ ਆ। ਹਾਂ ਤੇ ਫਿਰ ਜ਼ਿਆਦਾ ਨਾ ਲਿਆ ਕਰ, ਇੱਕ ਹੀ ਵਧੀਆ ਲੈ ਲਿਆ ਕਰ ਜੀ। ਤੇ ਮੈਂ ਹੁਣ ਇਹ ਸੋਚਦੀ ਹੁਣ ਮੈਂ ਜਦੋਂ ਵੀ ਕਰਦੀ ਹਾਂ ਹੁਣ, ਕਿਉਂਕਿ ਐਸਾ ਕ੍ਰਾਈਸਿਸ ਆਇਆ ਨਾ ਸਾਰਾ, 2 ਸਾਲ ਹੋ ਗਿਆ ਨਾ ਕੰਮ ਨੀ ਹੈਗਾ ਤੁਹਾਡੇ ਕੋਲ, ਤੁਸੀਂ ਸਰਵਾਈਵ ਵੀ ਕਰਨਾ, ਫੈਮਿਲੀ ਵੀ ਸਰਵਾਈਵ ਕਰਵਾਉਣੀ ਆ, ਤੇ ਤੁਹਾਡੇ ਖਰਚੇ ਤੇ ਓਨੇ ਹੀ ਆ, ਖਰਚੇ ਤੇ ਘਟੇ ਨੀ ਹੈਗੇ, ਖਰਚੇ ਵੀ ਓਨੇ, ਟੈਕਸ ਵੀ ਓਨੇ। ਤੇ ਉਹ ਥੋੜਾ ਥੋੜਾ ਹੁਣ ਮੈਨੂੰ ਲੱਗਦਾ ਕਿ ਜੇ ਮੈਂ 4 ਲਿਪਸਟਿਕਸ ਲੈਣੀ ਹੁਣ ਮੈਂ 1 ਹੀ ਲਿਆ ਕਰਨੀ ਆ। ਅੱਛਾ ਜੀ, ਹਾਂ ਤੇ ਹੁਣ ਮੈਂ ਸੇਵਿੰਗ ਕਰਾ ਕਰਨੀ, ਕਿਉਂਕਿ ਅੱਗੇ ਜਾ ਕੇ ਆਰਟਿਸਟਾਂ ਨੂੰ ਤੇ ਪੈਨਸ਼ਨ ਲੱਗਣੀ ਨੀ ਹੈਗੀ। ਬਿਲਕੁਲ, ਆਰਟਿਸਟ ਵਿਚਾਰਿਆਂ ਨੂੰ ਤੇ ਆਪਣੇ ਖਰਚੇ ਆਪ ਹੀ ਕਰਨੇ ਪੈਣੇ। ਜੀ ਜੀ ਬਿਲਕੁਲ ਜੀ। ਸੋ ਮੈਡਮ ਆਉਣ ਵਾਲੇ ਪ੍ਰੋਜੈਕਟਸ ਦੀ ਆਪਾਂ ਗੱਲ ਕਰੀਏ ਤਾਂ ਬਿਕੋਜ਼ ਬਹੁਤ ਸਾਰਾ ਕੁਝ ਪਾਈਪਲਾਈਨ ਦੇ ਵਿੱਚ ਵੀ ਹੋਏਗਾ, ਰਿਲੀਜ਼ਿੰਗ ਜਿੰਨਾ ਰੁਕੀ ਹੋਏਗੀ, ਸੋ ਆਉਣ ਵਾਲੇ ਪ੍ਰੋਜੈਕਟਸ ਦੇ ਵਿੱਚ ਤੁਹਾਡਾ ਕੀ ਕੁਝ ਹੈਗਾ ਜੀ? ਮੈਂ 6 ਫਿਲਮਾਂ ਕੀਤੀਆਂ ਹੋਈਆਂ ਔਰ ਮੈਨੂੰ ਮਤਲਬ ਕਈਆਂ ਦੀ ਸ਼ੂਟਿੰਗ ਅੱਧੀ ਹੋਈ ਆ, ਕਈਆਂ ਦੀ ਡਬਿੰਗ ਪਈ ਹੋਈ ਆ, ਕਾਫੀ ਸਾਰੀਆਂ ਹੈਗੀਆਂ। ਇੱਕ ਹਾਂ ਇੱਕ ਰੈਡੀ ਫਿਲਮ ਹੈ, ਦਿਲ ਹੋਣਾ ਚਾਹੀਦਾ ਜਵਾਨ, ਉਹ ਰੈਡੀ ਆ। ਇੱਕ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ, ਇੱਕ ਇਹ ਵੀ ਮੂਵੀ ਆ, ਇਹ ਵੀ ਬਸ ਡਬਿੰਗ ਰਹਿ ਗਈ ਆ। 3-4 ਹੋਰ ਮੂਵੀਜ਼ ਹੈਗੀਆਂ ਉਹਨਾਂ ਦੀ ਤਾਂ ਹਲੇ ਸ਼ੂਟਿੰਗ। ਇੱਕ ਹੁਣ ਮੈਂ ਹਿੰਦੀ ਫਿਲਮ ਜਿਹੜੀ ਕਰਕੇ ਆਈ ਨਰਕਾਸੁਰ, ਇੱਕ ਮੈਂ ਹਿੰਦੀ ਫਿਲਮ ਕੀਤੀ ਬਰੂਨੀ, ਉਹਦੀ ਵੀ ਤਕਰੀਬਨ ਬਸ ਸਭ ਵਿਚਾਰੀਆਂ ਰਿਲੀਜ਼ ਹੋਣ ਨੂੰ ਬੈਠੀਆਂ ਹੋਈਆਂ। ਹੁਣ ਜਦੋਂ ਖੁੱਲੂਗੇ ਉਦੋਂ ਰਿਲੀਜ਼ ਹੋਊਗਾ ਜੀ। ਬਿਲਕੁਲ ਜੀ ਬਿਲਕੁਲ। ਸੋ ਤੁਹਾਡੇ ਆਉਣ ਵਾਲੇ ਜਿਹੜੇ ਪ੍ਰੋਜੈਕਟਸ ਹੈ ਉਹਦੇ ਲਈ ਮੈਮ ਤੁਹਾਨੂੰ ਗੁੱਡ ਲੱਕ। ਥੈਂਕ ਯੂ ਸੋ ਮਚ, ਥੈਂਕ ਯੂ ਜੀ ਮੈਮ। ਤੇ ਇਸ ਤੋਂ ਪਹਿਲਾਂ ਅਸੀਂ ਇੰਟਰਵਿਊ ਨੂੰ ਸਮਾਪਤੀ ਵੱਲ ਲੈ ਕੇ ਜਾਈਏ, ਤੇ ਇੱਕ ਮੈਸੇਜ ਵੀ ਅਸੀਂ ਜ਼ਰੂਰ ਤੁਹਾਡੇ ਵੱਲੋਂ ਲੈਣਾ ਚਾਹਾਂਗੇ ਜੀ ਮੈਡਮ। ਹਾਂਜੀ, ਮੈਂ ਬਸ ਮੈਸੇਜ ਤੇ ਚਲੋ ਕੀ ਦੇਣਾ, ਬਸ ਮੈਂ ਹੀ ਸੋਚਦੀ ਕਿ ਪੋਜ਼ਿਟਿਵ ਬੋਲੋ। ਜੋ ਹੁਣ ਆਪਣਾ ਟਾਈਮ ਚੱਲਦਾ ਪਿਆ ਨਾ ਇਸ ਟਾਈਮ ਦੇ ਉੱਪਰ, ਜੇ ਆਪਾਂ ਨੈਗੇਟਿਵ ਰਵਾਂਗੇ ਨਾ ਤੇ ਫਿਰ ਸਾਰੇ ਪਾਸੇ ਨੈਗੇਟਿਵਿਟੀ ਫੈਲਦੀ ਰਹਿੰਦੀ। ਜਿੰਨਾ ਪੋਜ਼ਿਟਿਵ ਸੋਚਾਂਗੇ, ਸੋਚਣ ਨਾਲ ਵੀ ਬਹੁਤ ਕੁਛ ਠੀਕ ਹੋ ਜਾਂਦਾ ਹੈ ਕਹਿੰਦੇ। ਤੇ ਇੱਕ ਹੁਣ ਥੋੜਾ ਜਿਹਾ ਆਪਾਂ ਨੂੰ ਨਾ ਸਪਿਰਚੁਅਲ ਹੋਣਾ ਪੈਣਾ, ਥੋੜਾ ਕੁਦਰਤ ਦੀ ਅਹਿਮੀਅਤ ਕਰਨੀ ਪੈਣੀ ਆ, ਪੇੜ ਪੌਦਿਆਂ ਦੀ ਸੇਵਾ ਕਰਨੀ ਪੈਣੀ ਆ ਸਾਨੂੰ, ਕਿਉਂਕਿ ਹੁਣ ਜਿਸ ਲੈਵਲ ਤੇ ਆਪਾਂ ਪਹੁੰਚ ਗਏ ਹੋਏ ਆ ਉਸ ਲੈਵਲ ਤੇ, ਤੇ ਹੁਣ ਕਹਿੰਦੇ ਨਾ ਕਿ ਅੱਗੇ ਪਤਾ ਨੀ ਕੀ ਹੋਣਾ ਆ, ਇਹੀ ਕਹੀ ਜਾਂਦੇ ਕਿ ਪਤਾ ਨੀ ਕੀ ਹੋਣਾ। ਜਿਸ ਹਿਸਾਬ ਦੀ ਹੁਣ ਬਿਮਾਰੀ ਆਈ ਆ, ਮੈਂ ਤੇ ਆਪ ਕਰੋਨਾ ਹੋਇਆ ਸੀ, ਮੈਨੂੰ ਪਤਾ ਕਿੰਨਾ ਮੈਂ ਜੂਝੀ ਆ। 2 ਮਹੀਨੇ ਮੇਰਾ ਬੁਰਾ ਹਾਲ ਹੋ ਗਿਆ, ਔਖਾ ਕੰਮ ਹੈ, ਬਟ ਉਸ ਟਾਈਮ ਦੇ ਉੱਪਰ 2 ਮਹੀਨਿਆਂ ਦੇ ਵਿੱਚ ਮੈਂ ਇੱਕ ਰੂਮ ਦੇ ਵਿੱਚ ਰਹੀ ਹਾਂ। ਤੇ ਮੈਂ ਉਸ ਟਾਈਮ ਦੇ ਉੱਪਰ ਇਹ ਸੋਚਿਆ ਕਿ ਐਕਚੁਅਲੀ ਇਨਸਾਨ ਇਕੱਲਾ ਆਇਆ, ਉਹਨੇ ਇਕੱਲਾ ਹੀ ਜਾਣਾ। ਉਹ 2 ਮਹੀਨੇ ਚ ਮੈਨੂੰ ਇਹ ਅਹਿਸਾਸ ਹੋਇਆ ਕਿ ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਕਿ ਰੱਬ ਤੁਹਾਡੇ ਨਾਲ ਆ, ਤੇ ਉਦੋਂ ਮੈਨੂੰ ਫੀਲ ਹੋਇਆ ਕਿ ਵਾਕਈ ਰੱਬ ਸਾਡੇ ਨਾਲ ਆ, ਕਿਉਂਕਿ ਅਸੀਂ ਤਾਂ ਉਹਨੂੰ ਟਾਈਮ ਹੀ ਨਹੀਂ ਦਿੰਦੇ। ਅਸੀਂ ਤਾਂ ਉਹਨੂੰ ਆਲੇ ਦੁਆਲੇ ਭੈਣ ਭਰਾ ਮਾਂ ਬਾਪ ਦੋਸਤ ਮਿੱਤਰ ਉਹਨਾਂ ਵਿੱਚ ਹੀ ਉਲਝੇ ਰਹਿੰਦੇ ਹਾਂ। ਤੇ ਉਹ 2 ਮਹੀਨੇ ਜਦੋਂ ਮੈਂ ਇਕੱਲੀ ਰਹੀ ਨਾ ਇੱਕ ਰੂਮ ਦੇ ਵਿੱਚ, ਉਦੋਂ ਮੈਨੂੰ ਅਹਿਸਾਸ ਹੋਇਆ 2 ਮਹੀਨਿਆਂ ਚ ਕਿ ਨਹੀਂ ਰੱਬ ਹੈਗਾ ਆ ਤੁਹਾਡੇ ਨਾਲ ਹੀ ਆ, ਤੁਸੀਂ ਉਹਨੂੰ ਸੁਣਦੇ ਨੀ ਪਏ, ਉਹ ਤੁਹਾਨੂੰ ਸੁਣਦਾ ਪਿਆ। ਤੇ ਪਰਮਾਤਮਾ ਚ ਵਿਸ਼ਵਾਸ ਰੱਖੋ,
जी मैं तो यही मैसेज देना चाहनी कि परमात्मा च विश्वास रखो, हर चीज पॉसिबल है इस लाइफ दे विच, बट अपन नूं विश्वास करना पैना। जिदन विश्वास कर लिया हो जाना सारा कुछ, वड्डे वड्डे चमत्कार हो जाते हैं, मिरेकल्स बहुत सारे हो जाते हैं, ऐदां ही सारा कुछ ठीक हो जाना, अपन थोड़ा जिहा स्ट्रोंग रहना पैना। बहुत ही सोहना मैसेज मन्नत जी तुहाडे वल्लों जिहड़ा दित्ता गया, आई होप सारे इस ते अमल जरूर करनगे। नहीं सारे करनगे, हुण काफी चेंज हो गए लोकी, पहलों थोड़ा जिहा हुंदा सी, हुण ना आ टाइम ने बहुत चेंज कर दित्ते लोकी, काफी फर्क पिया, काफी ज्यादा फर्क पिया ना जी। काफी चेंज हो गए लोकी, और वधिया ही होना अगे भी, सब कुछ वधिया हो रहा। और टाइम दे विच अप्स एंड डाउन तो आउंदे ही रहिंदे, लाइफ है, अप्स एंड डाउन आए। चलो असि ते किन्ना पंजाब ने ते किन्ना माड़ा टाइम हंडाया ना, बिल्कुल जी, पंजाब ने ते किन्ना माड़ा टाइम हंडाया, ते आज भी पंजाबी सारे दुनिया दे विच है गया, ते इस तो वड्डी की एग्जाम्पल होगी। बिल्कुल जी सही क्या, असि पॉजिटिव रहने, असि जिंदा दिल खुश दिल इंसान है, असि पंजाबी सारे, बिल्कुल तो असि खुशियां मंडदे हां, ते सानू 10 गुना होके खुशियां मिलदियां जी। मैं तां कहांगी तुहाडा यही खुश मिजाज अंदाज है जिहड़ा हमेशा बरकरार रहे। थैंक यू सो मच, तू ही भी खुश रह करो, और तू लिपस्टिक्स ना ज्यादा खरीदा कर। जी 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 जरूर बिल्कुल जी चलो बहुत वधिया लगा जी तुहाडे नाल गल करके, अपना कीमती समा तुसी सानू दित्ता, बहुत दिलचस्प। नहीं 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 नहीं, मैनूं बहुत वधिया लगा, मैं भी वेली बैठी सी। जी जी मैडम बहुत मजा आ गया जी, रोज इंटरव्यू कर लिया करो मेरी। जी जरूर जी जरूर, मेरे घर वाले भी जरूर करो। बिल्कुल मैडम जरूर, असीं जरूर करांगे भविष्य दे विच। जी जरूर जी, बहुत वधिया लगा तुहाडे नाल गल करके। थैंक यू सो मच, बहुत बहुत धन्यवाद मैडम।